Nilam
संतन के हो
It's time.
ਤੀਰਥ ਵਰਤ ਅਰਦਾਨ ਕਰੇ
ਤੇਰਾ ਕੀ
I'm gonna die.
I'm gonna make it.
ਗਠੜੇ ਹਰ ਸੰਤ ਤੁਮਾਰੇ ਜਿਨ ਘਰ ਧੰਨ ਹਰ ਨਾਮਾ ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤਿਨਾਂ ਕੇ ਕਾਮਾ ਮੇਰੇ ਰਾਮ ਹਰ ਜਨ ਕਹਿ ਹਉ ਬਲ ਜਾਈ ਕੇਸਾਂ ਕਾ ਕਰ ਚਵਰ ਢੁਲਾਵਾ ਚਰਨ ਧੂੜ ਮੁਖ ਲਾਈ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ ਸਤਿਗੁਰ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਧੰਨ ਧੰਨ ਬਾਬਾ ਗੱਜਣ ਸਾਹਿਬ ਜੀ ਮਹਾਰਾਜ ਉਹਨਾਂ ਦੇ ਪਾਵਨ ਸਥਾਨਾਂ ਤੇ ਉਹਨਾਂ ਦੇ ਤਪ ਸਥਾਨਾਂ ਤੇ ਉਹਨਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਹਾਂ ਜੇ ਤਨ ਕਰਕੇ ਆਏ ਹਾਂ ਮਨ ਕਰਕੇ ਵੀ ਹਾਜ਼ਰੀਆਂ ਲਾਓ ਦੋਵੇਂ ਹੱਥ ਜੋੜ ਕੇ ਮਨ ਹਾਜ਼ਰ ਕਰਕੇ ਸੀਸ ਨਵਾ ਕੇ ਇੱਕੋ ਵਾਰੀ ਕਹਿਣ ਤੇ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਆ ਜਿਹੜੀ ਧਰਤੀ ਆ ਜੇ ਭਾਗ ਲੱਗੇ ਨੇ ਰੱਬ ਦੇ ਪਿਆਰਿਆਂ ਦੇ ਚਰਨ ਪਏ ਨੇ ਰੰਗ ਭਾਗ ਤਾਂ ਲੱਗੇ ਨੇ ਆਖੋ ਸਤਨਾਮ ਅੱਜ ਜੇ ਜੈ ਜੈਕਾਰਾਂ ਨੇ ਮਾਇਆ ਕਰਕੇ ਜੈ ਜੈਕਾਰਾਂ ਨਹੀਂ ਆਪਾਂ ਸੋਹਣਾ ਘਰ ਬਣਾ ਲੈਂਦੇ ਹਾਂ ਵੱਡੀ ਕੋਠੀ ਪਾ ਲੈਂਦੇ ਹਾਂ ਵੀ 3 ਕਿਲੋਮੀਟਰ ਤੋਂ ਨਜ਼ਰ ਆਵੇ ਲੋਕੀ ਕਹਿਣ ਇਹ ਕੋਠੀ ਫਲਾਣੇ ਸਰਦਾਰ ਦੀ ਆ ਪਰ ਆਹ ਜਿਹੜੀਆਂ ਜੈ ਜੈਕਾਰਾਂ ਨੇ ਇਹ ਮਾਇਆ ਕਰਕੇ ਨਹੀਂ ਇਹ ਨਾਮ ਦਾ ਚਾਨਣਾ ਮਹਾਰਾਜ ਗਿਆਨ ਦਿੰਦੇ ਨੇ ਇਹ ਮੈਂ ਨਹੀਂ ਕਹਿੰਦਾ ਮਹਾਰਾਜ ਦੀ ਬਾਣੀ ਹਾਮੀ ਭਰਦੀ ਆ ਮਹਾਰਾਜ ਗਿਆਨ ਦਿੰਦੇ ਨੇ ਇਸ ਯੁੱਗ ਮੈਂ ਸ਼ੋਭਾ ਨਾਮ ਕੀ ਬਿਨ ਨਾਵੈ ਸ਼ੋਭ ਨਾ ਹੋਏ ਮਹਾਰਾਜ ਕਹਿੰਦੇ ਜੇ ਸ਼ੋਭਾ ਹੈ ਜੇ ਵਡਿਆਈ ਹੈ ਜੇ ਜੈ ਜੈਕਾਰ ਹੈ ਇਹ ਪਰਮੇਸ਼ਰ ਜੀ ਦੇ ਨਾਮ ਕਰਕੇ ਆ ਨਾਮ ਤੋਂ ਬਿਨਾਂ ਜੈ ਜੈਕਾਰਾਂ ਨਹੀਂ ਹੁੰਦੀਆਂ ਠੀਕ ਆ ਜਿਹੜਾ ਮਾਇਆ ਦਾ ਰੰਗ ਆ ਨਾ
ਜਿਹੜੀ ਮਾਇਆ ਦੀ ਵਡਿਆਈ ਆ, ਜਿਹੜੀ ਮਾਇਆ ਦੀ ਜੈ ਜੈਕਾਰ ਆ। ਮਹਾਰਾਜ ਕਹਿੰਦੇ ਤੇ ਚਾਰ ਦਿਨ ਦੀ ਪ੍ਰਾਹੁਣੀ ਆ, ਮਾਇਆ ਦਾ ਰੰਗ ਫਿੱਕਾ ਪੈ ਜਾਂਦਾ, ਮਾਇਆ ਦਾ ਰੰਗ ਉੱਡ ਜਾਂਦਾ, ਪਰ ਜਿਹੜਾ ਨਾਮ ਦਾ ਰੰਗ ਆ, ਮਹਾਰਾਜ ਕਹਿੰਦੇ ਨੇ ਲਾਲ ਰੰਗ ਜਿਸ ਕੋ ਲੱਗਾ ਜਿਸ ਕੇ ਵਡਭਾਗਾ। ਧੰਨ ਧੰਨ ਬਾਬਾ ਗੱਜਣ ਸ਼ਾਹ ਜੀ ਮਹਾਰਾਜ, ਉਹਨਾਂ ਦੇ ਕਿੰਨੇ ਵੱਡੇ ਭਾਗ ਹੋਣਗੇ। ਉਹਨਾਂ ਨੂੰ ਨਾਮ ਦਾ ਰੰਗ ਲੱਗਿਆ, ਆਪਾਂ ਜੇ ਆਇਆ ਅੱਜ ਨਾਮ ਦਾ ਚਾਨਣਾ, ਨਾਮ ਕਰਕੇ ਜੈ ਜੈਕਾਰਾਂ ਨੇ ਮਾਲਕ ਜੀ ਦੇ ਚਰਨਾਂ ਵਿੱਚ ਜੇ ਆਇਆ, ਆਓ ਸਾਡਾ ਆਉਣਾ ਬਹਿਣਾ ਪ੍ਰਮਾਣ ਹੋਵੇ, ਸਾਡੀ ਹਾਜ਼ਰੀ ਦਰਗਾਹ ਤੱਕ ਲੱਗੇ। ਜੇ ਮਾਲਕ ਦੇ ਚਰਨਾਂ ਵਿੱਚ ਆਉਂਦੇ ਹਾਂ, ਅਸੀਂ ਅਰਦਾਸ ਕਰਨ ਆਉਂਦੇ ਹਾਂ, ਮਾਲਕਾ ਤੇਰੀ ਕਿਰਪਾ ਮਿਲੇ, ਜੱਗ ਦੀ ਪਰਵਾਹ ਨਹੀਂ ਫਿਰ ਆਂਢੀ ਗੁਆਂਢੀ ਭਾਵੇਂ ਬੁਲਾਉਣ ਤੇ ਭਾਵੇਂ ਨਾ ਬੁਲਾਉਣ, ਮਾਲਕਾ ਸਾਧ ਕਬੀਲੇ ਵਾਲੇ ਭਾਵੇਂ ਵਰਤਾਰਾ ਰੱਖਣ ਤੇ ਭਾਵੇਂ ਨਾ ਰੱਖਣ, ਜਿਨ੍ਹਾਂ ਨੇ ਮਾਲਕ ਜੀ ਨੂੰ ਆਪਣਾ ਬਣਾਇਆ ਉਹ ਜੱਗ ਦੀ ਪਰਵਾਹ ਨਹੀਂ ਕਰਦੇ। ਆਖੋ ਸਤਨਾਮ, ਉਹ ਤੇ ਸਦਾ ਕਹਿੰਦੇ ਨੇ ਸਾਜੀ ਪ੍ਰੀਤ ਹਮ ਤੁਮ ਸਿਉਂਦੋਰੀ ਹੈ। ਮਾਲਕਾ ਜੱਗ ਦੀ ਪ੍ਰੀਤ ਝੂਠੀ ਆ, ਜਿਹੜੀ ਸੱਚੀ ਪ੍ਰੀਤ ਆ ਉਹ ਰੱਬ ਨਾਲ ਪੈਂਦੀ ਹੈ, ਸੱਚੀ ਪ੍ਰੀਤ ਗੁਰੂ ਨਾਲ ਪੈਂਦੀ ਹੈ। ਭਾਗਾਂ ਵਾਲਾ ਕੋਈ ਕੋਈ ਆ ਬਾਬਾ ਗੱਜਣ ਸ਼ਾਹ ਜੀ ਮਹਾਰਾਜ ਵਰਗਾ, ਜਿਨ੍ਹਾਂ ਨੇ ਮਾਲਕ ਦਾ ਪ੍ਰੇਮ ਕਮਾਇਆ, ਮਾਲਕ ਦੀ ਬੰਦਗੀ ਕੀਤੀ, ਜਿਨ੍ਹਾਂ ਨੇ ਨਾਮ ਧਿਆਇਆ, ਉਹ ਲੁਕੇ ਨਹੀਂ ਰਹਿੰਦੇ, ਉਹ ਪ੍ਰਗਟ ਹੋ ਜਾਂਦੇ ਨੇ। ਪ੍ਰਗਟ ਹੁੰਦੀ ਆ ਬੰਦਗੀ, ਹਰ ਕਾ ਭਗਤ ਪ੍ਰਗਟ ਨੇ ਛੱਪੇ, ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਮੋਹਰ ਬੰਦੇ। ਜਿਹੜਾ ਹਰੀ ਪਰਮੇਸ਼ਰ ਦਾ ਭਗਤ ਆ ਉਹ ਛੁਪੇਗਾ ਨਹੀਂ, ਉਹਨੇ ਪ੍ਰਗਟ ਹੋ ਜਾਣਾ, ਨਾਮ ਦੀ ਕਮਾਈ ਪ੍ਰਗਟ ਹੁੰਦੀ ਆ। ਆਓ ਆਪਾਂ ਜੇ ਆਏ ਮਾਲਕ ਦੇ ਚਰਨਾਂ ਵਿੱਚ ਸਾਡੀ ਹਾਜ਼ਰੀ ਲੱਗੇ, ਸਾਰੇ ਗੱਜ ਕੇ ਪੜਿਓ ਜੀ ਮੁੱਖ ਦੁਨੀਆ ਬਾਜੇ ਦੀ ਬਾਜ ਜੀ ਮੁੱਖ ਦੁਨੀਆ ਮੋੜ ਲਵੇ ਇੱਕ ਤੂੰ ਖੜਾ ਨਾ ਮੋੜੀ ਮੁੱਖ ਦੁਨੀਆ ਮੋੜ ਲਵੇ ਸਾਈਆ ਤੂੰ ਮੁਖੜਾ ਨਾ ਮੋੜੀ ਮੁੱਖ ਦੁਨੀਆ ਮੋੜ ਲਵੇ ਸਾਈਆ ਤੂੰ ਮੁਖੜਾ ਨਾ ਮੋੜਾ ਦੁਨੀਆ ਮੋੜ ਲਵੇ ਸਾਈਆ ਤੂੰ ਮੁਖੜਾ ਨਾ ਮੋੜੀ ਸਾਡੇ
ਬਾਕੀ ਹੋ ਜਾਂਦੇ ਨੇ ਮੈਨੂੰ ਆ ਲੈ ਕੇ ਦਿਓ ਜੇ ਨਾ ਲੈ ਕੇ ਦਿੱਤਾ ਵੀ ਫੇਰ ਨੌਜਵਾਨ ਕਹਿੰਦਾ ਮੋਟਰਸਾਈਕਲ ਲੈ ਕੇ ਦੇ ਬਾਪੂ ਜੇ ਨਾ ਲੈ ਕੇ ਦਿੱਤਾ ਕਹਿੰਦਾ ਮੈਂ ਘਰੇ ਨਹੀਂ ਆਉਂਦਾ ਆਖੋ ਸਤਨਾਮ ਮੈਂ ਕੁਝ ਖਾ ਕੇ ਮਰ ਜਾਂਗਾ ਮੈਂ ਨਹਿਰ ਵਿੱਚ ਛਾਲ ਮਾਰ ਕੇ ਮਰ ਜਾਂਗਾ ਜਿਹੜਾ ਤਨ ਕਰਕੇ ਬਾਕੀ ਆ ਏਦਾਂ ਦੀਆਂ ਗੱਲਾਂ ਲੋਕੀ ਕਰ ਜਾਂਦੇ ਨੇ ਜਿਹੜੇ ਤਨ ਕਰਕੇ ਬਾਕੀ ਪਰ ਜਿਹਨਾਂ ਦੀ ਯਾਦ ਵਿੱਚ ਬੈਠੇ ਹੋ ਨਾ ਧੰਨ ਧੰਨ ਬਾਬਾ ਗੱਜਣ ਸਾਹਿਬ ਜੀ ਮਹਾਰਾਜ ਉਹ ਮਨ ਕਰਕੇ ਬੈਰਾਗੀ ਹੋ ਗਏ ਜਿਹੜੇ ਮਨ ਕਰਕੇ ਬੈਰਾਗੀ ਹੋ ਗਏ ਜਿਹੜੇ ਮਨ ਕਰਕੇ ਬਾਗੀ ਹੋ ਗਏ ਉਹਨਾਂ ਨੇ ਅੱਗ ਦੀ ਤੇ ਜੱਗ ਦੀ ਪਰਵਾਹ ਨਹੀਂ ਕੀਤੀ ਆਖੋ ਸਤਨਾਮ ਅੱਗ ਦੀ ਤੇ ਜੱਗ ਦੀ ਪਰਵਾਹ ਨਹੀਂ ਕੀਤੀ ਆਓ ਥੋੜਾ ਜਿਹਾ ਸਮਾਂ ਧੰਨ ਧੰਨ ਬਾਬਾ ਗੱਜਣ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਦਿੱਲੀ ਵਿੱਚ ਜੇ ਜਨਮ ਹੁੰਦਾ ਨਾ ਦਿੱਲੀ ਵਿੱਚ ਧੰਨ ਮੇਰੇ ਕਲਗੀਧਰ ਪਿਤਾ ਦੇ ਬਚਨਾਂ ਤੇ ਜਨਮ ਹੋਇਆ ਸੀ ਬਾਬਾ ਜੀ ਦਾ ਤੇ ਪਿਤਾ ਸਰਦਾਰ ਵਸਾਵਾ ਸਿੰਘ ਜੀ ਉਹਨਾਂ ਦੇ ਘਰ ਨੂੰ ਭਾਗ ਲੱਗਿਆ ਸੀ ਭਾਗਾਂ ਵਾਲੀ ਰੂਹ ਹੁੰਦੀ ਆ ਕੋਈ ਕੋਈ ਜਿਨ੍ਹਾਂ ਦੇ ਆਉਣ ਤੇ ਜੈ ਜੈਕਾਰਾਂ ਹੋ ਜਾਣ ਕਿਉਂਕਿ ਮਾਤਾ ਪਿਤਾ ਦਾ ਸੁਭਾਗ ਕਹਿ ਲਓ ਮਾਤਾ ਪਿਤਾ ਦਾ ਕਰਮ ਕਹਿ ਲਓ ਇਹ ਵੱਡੀ ਗੱਲ ਆ ਵੀ ਕੁੱਖ ਨੂੰ ਭਾਗ ਲੱਗ ਜੇ ਭਾਗਾਂ ਦੀ ਗੱਲ ਕਵੀ ਨੇ ਬੈਰਾਗੀ ਮਨ ਕਰਕੇ ਲਿਖਿਆ ਮਾਵਾਂ ਭਾਵੇਂ ਹੋਵਣ ਭਰੀਆਂ ਨਾਲ ਹੁਸਨ ਦੇ ਡੱਕ ਡੱਕ ਭਰੀਆਂ ਸ਼ਾਹੀ ਘਰੀ ਵਿਆਹੀਆਂ ਵਰੀਆਂ ਪਹਿਨਣ ਪੱਟ ਹੰਡਾਵਣ ਜਰੀਆਂ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਕਵੀ ਬੈਰਾਗੀ ਮਨ ਕਰਕੇ ਕਹਿੰਦੇ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗਣ ਲਾਲਾਂ ਦਾ ਹਾਰ ਮਾਤਾ ਵਸਾਵਾ ਸਿੰਘ ਦੇ ਘਰ ਆ ਜੈ ਜੈਕਾਰਾਂ ਹੋਈਆਂ ਬਾਬਾ ਗੱਜਣ ਸਾਹਿਬ ਜੀ ਮਹਾਰਾਜ ਨੇ ਅਵਤਾਰ ਲਿਆ ਜਨਮ ਲਿਆ ਉਹ ਜਿਹੜਾ ਵੇਲਾ ਸੀ ਨਾ 1734 ਈਸਵੀ ਲਿਖਿਆ ਇਤਿਹਾਸ ਵਿੱਚ ਆਪ ਜੀ ਮੇਰੇ ਨਾਲ ਵੱਧ ਕੇ ਜਾਣੂ ਹੋ ਜਿਹੜਾ ਸੰਮਤ ਬਣਦਾ ਉਹ 1791 ਆ ਸੁਣਿਓ ਜਿਹੜਾ ਈਸਵੀ ਬਣਦਾ ਨਾ ਉਹ 1734 ਬਾਪੂ ਵਸਾਵਾ ਸਿੰਘ ਦੇ ਘਰ ਜਨਮ ਲਿਆ ਦਿੱਲੀ ਅੰਦਰ ਧੰਨ ਮੇਰੇ ਕਲਗੀਧਰ ਪਿਤਾ ਦੇ ਬਚਨ ਹੋਏ ਹੋਣ ਫਿਰ ਜੈ ਜੈਕਾਰਾਂ ਨਾ ਹੋਣ ਇਹ ਹੋ ਨਹੀਂ ਸਕਦਾ ਕੋ ਸਤਨਾਮ
ਆ ਜਿਹੜੀਆਂ ਅੱਜ ਜੈ ਜੈਕਾਰਾਂ ਨੇ ਉਹਨਾਂ ਦੀ ਕਮਾਈ ਬੋਲਦੀ ਪਈ ਹੈ। ਤੇ ਜਦੋਂ ਆਪ ਜੀ ਨੇ ਗੁਰੂ ਧਾਰਿਆ ਨਾ, ਮਹੰਤ ਜੀ ਦੀਵਾਨੇ ਗੁਰਦਾਸ ਜੀ ਉਹਨਾਂ ਨੂੰ ਗੁਰੂ ਧਾਰਿਆ ਬਾਬਾ ਗੁਰਜਨ ਸਾਹਿਬ ਜੀ, ਉਹਨਾਂ ਦਾ ਜਿਹੜਾ ਵਿਆਹ ਹੁੰਦਾ ਨਾ 25 ਸਾਲ ਦੀ ਉਮਰ ਵਿੱਚ, ਸਰਦਾਰ ਸੰਮੂ ਸਿੰਘ ਦੀ ਪੁੱਤਰੀ ਬੀਬੀ ਬੇਗਾ ਜੀ ਨਾਲ ਪਿੰਡ ਸੰਘਵਾਂ ਉਹਨਾਂ ਦੀ ਸ਼ਾਦੀ ਹੁੰਦੀ ਆ। ਤੇ ਫਿਰ ਘਰ ਵਿੱਚ ਭਾਗ ਵੀ ਲੱਗੇ, 4 ਪੁੱਤਰਾਂ ਨੇ ਜਨਮ ਲਿਆ ਬਾਬਾ ਗੱਜਣ ਸ਼ਾਹ ਜੀ ਮਹਾਰਾਜ ਨੇ। ਆ ਸੁਣਿਓ, 4 ਪੁੱਤਰਾਂ ਨੇ ਜਨਮ ਲਿਆ ਜਿਹੜੇ ਵੱਡੇ ਸਨ। ਵੱਡੇ ਸਪੁੱਤਰ ਬਾਬਾ ਗੁਲਾਬ ਦਾਸ ਜੀ, ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਨੇ ਪਰਮੇਸ਼ਰ ਦੇ ਦਰ ਤੇ ਆ ਕੇ ਨਾਮ ਦੀ ਮੰਗ ਮੰਗੀ। ਖਿਮਾ ਕਰਿਓ, ਬੜੇ ਲੋਕੀ ਆਏ, ਲੋਕੀ ਮਾਇਆ ਮੰਗ ਕੇ ਮੁੜ ਕੇ ਆਖੋ ਸਭਨਾ ਬੜੇ ਲੋਕੀ ਆਏ, ਧੀਆਂ ਪੁੱਤਰਾਂ ਦੇ ਸੁੱਖ ਮੰਗ ਕੇ ਮੁੜ ਕੇ। ਜ਼ਮੀਨਾਂ ਕੋਠੀਆਂ ਗੱਡੀਆਂ ਕਾਰਾਂ ਮੰਗਣ ਵਾਲਿਆਂ ਦੀ ਕਮੀ ਨਹੀਂ। ਭਾਗਾਂ ਵਾਲਾ ਉਹ ਆ ਜਿਹੜਾ ਕਹਿੰਦਾ ਮਾਲਕਾ ਨਾਮ ਦੀਆਂ ਖੈਰਾਂ ਝੋਲੀ ਪਾ ਦਿਓ, ਸਾਨੂੰ ਭੁੱਖ ਲੱਗੀ ਹੋਵੇ ਨਾ। ਅਸੀਂ ਕੀ ਕਹਿੰਦੇ ਹਾਂ, ਮੈਨੂੰ ਭੁੱਖ ਲੱਗੀ ਆ, ਮੈਂ ਪ੍ਰਸ਼ਾਦਾ ਛਕਣਾ। ਲੰਗਰ ਵਾਲੇ ਕਹਿਣਗੇ ਉੱਥੇ ਚੌਂਕੜਾ ਮਾਰ ਕੇ ਬਹਿ ਜਾ, ਸਭ ਕੁਝ ਆ ਜਾਂਦਾ। ਆਖੋ ਸਭ ਨਾਮ, ਨਹੀਂ ਤੇ ਬੜੇ ਲੋਕੀ ਨੇ ਕੱਲੀ ਕੱਲੀ ਚੀਜ਼ ਮੰਗਦੇ ਨੇ, ਮੈਨੂੰ ਦਾਲਾ ਲਿਆਓ ਜੀ, ਮੈਨੂੰ ਪ੍ਰਸ਼ਾਦਾ ਲਿਆਓ ਜੀ, ਮੈਨੂੰ ਥਾਲਾ ਲਿਆਓ ਜੀ ਕਹਿੰਦੇ ਨੇ। ਇਹ ਮੰਗਣ ਦੀ ਜਾਚ ਆ, ਮੰਗਣਾ ਵੀ ਇੱਕ ਕਲਾ ਹੈ। ਵਿਦਵਾਨ ਕਹਿੰਦੇ ਨੇ ਹਰ ਕੋਈ ਮੰਗਣਾ ਨਹੀਂ ਜਾਣਦਾ ਹੁੰਦਾ, ਜਿਹੜਾ ਮਾਲਕ ਦੇ ਚਰਨਾਂ ਵਿੱਚ ਆਇਆ ਚੌਂਕੜਾ ਮਾਰ ਕੇ ਬਹਿ ਜਾਂਦਾ, ਜਿਹੜਾ ਝੋਲੀ ਅੱਡ ਕੇ ਕਹਿੰਦਾ ਮਾਲਕਾ ਬਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀ ਉਤਰੇ ਮਨ ਕੀ ਭੁੱਖ।
ਜਿਨ੍ਹਾਂ ਨੂੰ ਗਿਆਨ ਹੋ ਗਿਆ ਪਰਮੇਸ਼ਰ ਜੀ ਦਾ ਨਾਮ ਜਿਨ੍ਹਾਂ ਨੇ ਮੰਗਿਆ ਜਿਨ੍ਹਾਂ ਨੇ ਮਾਲਕ ਜੀ ਦੇ ਦਰ ਤੇ ਆ ਕੇ ਕਿਰਪਾ ਮੰਗੀ ਉਹਨਾਂ ਨੂੰ ਇਕੱਲੀ ਇਕੱਲੀ ਚੀਜ਼ ਮੰਗਣੀ ਨਹੀਂ ਪੈਂਦੀ ਉਹਨਾਂ ਨੂੰ ਇੱਕ ਇੱਕ ਸੁੱਖ ਮੰਗਣਾ ਨਹੀਂ ਪੈਂਦਾ ਜਿਹੜੇ ਆ ਕੇ ਕਹਿਣ ਮਾਲਕ ਜੀ ਮਿਹਰਾਂ ਕਰਿਓ ਕਿਰਪਾ ਕਰਿਓ ਮਾਲਕ ਦੀਆਂ ਮਿਹਰਾਂ ਵਿੱਚ ਸਾਰੇ ਸੁੱਖ ਆ ਜਾਂਦੇ ਨੇ ਆਖੋ ਸਤਨਾਮ ਮੰਗਣਾ ਮੰਗਣ ਦੀ ਗੱਲ ਹਰ ਜਸ ਗੁਰ ਦੇ ਮੰਗਦੇ ਬਾਬਾ ਗੱਜਣ ਸਾਹਿਬ ਜੀ ਮਹਾਰਾਜ ਜੇ ਮਾਲਕ ਦੇ ਬਣ ਗਏ ਉਹਨਾਂ ਦਾ ਜੀਵਨ ਪੜ ਕੇ ਵੇਖਿਓ ਕੋਈ ਘਾਟ ਨਹੀਂ ਉਹਨਾਂ ਦੇ ਜੀਵਨ ਵਿੱਚ ਦੁਨਿਆਵੀ ਸੁੱਖਾਂ ਦੀ ਮਾਲਕ ਦੇ ਪ੍ਰੇਮ ਦੀ ਚਾਰ ਪੁੱਤਰ ਬਾਬਾ ਜੀ ਦੇ ਘਰ ਜਨਮੇ ਸਾਰਿਆਂ ਤੋਂ ਵੱਡੇ ਬਾਬਾ ਗੁਲਾਬ ਦਾਸ ਜੀ ਹੋਏ ਨੇ ਬਾਬਾ ਗੁਲਾਬ ਦਾਸ ਜੀ ਤੋਂ ਛੋਟੇ ਬਾਬਾ ਸਾਹਿਬ ਦਾਸ ਜੀ ਬਾਬਾ ਰਾਮਦਾਸ ਜੀ ਬਾਬਾ ਗੰਗਾ ਦਾਸ ਜੀ ਚਾਰ ਸੁਪੁੱਤਰ ਬਾਬਾ ਜੀ ਦੇ ਘਰ ਜਨਮੇ ਉਹ ਵੀ ਵੱਡੀਆਂ ਕਮਾਈਆਂ ਦੇ ਮਾਲਕ ਬਣੇ ਆਖੋ ਸਤਨਾਮ ਬਾਬਾ ਗੱਜਣ ਸਾਹਿਬ ਜੀ ਜੇ ਆਹ ਦੁਨੀਆਂ ਤੇ ਆਏ ਨੇ ਸੰਸਾਰ ਨੂੰ ਉਤਾਰਨ ਲਈ ਆਏ ਨੇ ਮੈਨੂੰ ਮਾਫ ਕਰਿਓ ਆਪਾਂ ਜੇ ਆਏ ਹਾਂ ਆਪਾਂ ਧੀਆਂ ਪੁੱਤਰਾਂ ਦੇ ਕਰਜ਼ੇ ਲਾਉਣ ਆਏ ਹੋਏ ਹਾਂ ਆਖੋ ਸਤਨਾਮ ਕਿਸੇ ਦਾ 5 ਲੱਖ ਦਾ ਕਰਜ਼ਾ ਹੁੰਦਾ ਕਿਸੇ ਦਾ 50 ਲੱਖ ਦਾ ਹੁੰਦਾ ਮਹਾਰਾਜ ਦੀ ਬਾਣੀ ਗਿਆਨ ਕਰਾਉਂਦੀ ਆ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਬੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸੁਹਾਈ ਆਪਾਂ ਜੇ ਆਏ ਹਾਂ ਆਪਾਂ ਕਰਮਾਂ ਦੇ ਬੰਧੇ ਹੋਏ ਆਏ ਹਾਂ ਪਰ ਜਿਨ੍ਹਾਂ ਦੀ ਯਾਦ ਵਿੱਚ ਬੈਠੇ ਹੋ ਬਾਬਾ ਜੀ ਦੀ ਸਲਾਨਾ ਮਿੱਠੀ ਯਾਦ ਸ਼ਰਧਾ ਭਾਵਨਾ ਨਾਲ ਮਨਾ ਰਹੇ ਹੋ ਆਹ ਜਿਹੜਾ ਅੱਜ ਚਾਨਣ ਆ ਨਾ ਦੁਨੀਆਂ ਦੇ ਕੋਨੇ ਕੋਨੇ ਵਿੱਚ ਮਹਾਰਾਜਾ ਰਣਜੀਤ ਸਿੰਘ ਵੀ ਇਹਨਾਂ ਦਾ ਸ਼ਰਧਾਲੂ ਬਣਿਆ ਹੋਇਆ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਟਿਆਲੇ ਦਾ ਰਾਜਾ ਇਹਨਾਂ ਦਾ ਸੇਵਕ ਬਣਿਆ ਹੋਇਆ ਸੀ ਆਹ ਜਿਹੜਾ ਅੱਜ ਜੈ ਜੈਕਾਰਾਂ ਨੇ ਇਹ ਨਾਮ ਕਰਕੇ ਨੇ ਪੜਿਓ ਜਰਾ ਗੱਜ ਕੇ ਉਹ ਸਾਧੂ ਨਹੀਂ ਬੋਲਦਾ ਉਹਦੇ ਦਾਨੇ ਮਸਤਾਨੇ ਬਣ ਕੇ ਬਹਿ ਜਾਂਦੇ ਨੇ ਬੈਰਾਗੀਆਂ ਦਾ ਬੋਲਣਾ ਘੱਟ ਜਾਂਦਾ ਹੁੰਦਾ ਬੈਰਾਗੀਆਂ ਦਾ ਸੋਣਾ ਘੱਟ ਜਾਂਦਾ ਹੁੰਦਾ ਬੈਰਾਗੀਆਂ ਦਾ ਖਾਣਾ ਪੀਣਾ ਘੱਟ ਜਾਂਦਾ ਮੈਂ ਵੇਖੇ ਨੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਉਹ ਕਿੰਨਾ ਕੁ ਬੋਲਦੇ ਸੀ ਬਿਲਕੁਲ ਚੁੱਪ ਉਹਨਾਂ ਦਾ ਚੁੱਪ ਰਹਿਣਾ ਵੀ ਤਾਰਦਾ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਆਪਾਂ ਜੇ ਆਇਆ ਕਰਮਾਂ ਦੇ ਬੰਦੇ ਹੋਏ ਆਇਆ ਧੀਆਂ ਪੁੱਤਰਾਂ ਦਾ ਕਰਜ਼ਾ ਲਾਉਣ ਆਇਆ ਜਦੋਂ ਕਰਜ਼ਾ ਲੈ ਜਾਂਦਾ ਸਾਡਾ ਵਿਛੋੜਾ ਪੈ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਨੇ ਬੰਦਗੀ ਕੀਤੀ ਬਾਬਾ ਜੀ ਰਾੜਾ ਸਾਹਿਬ ਵਾਲੇ ਪੜ੍ਹਦੇ ਹੁੰਦੇ ਸੀ ਪੜ੍ਹਿਓ ਜਰਾ ਸਾਧੂ ਨਹੀਂ ਬੋਲਦਾ ਸਾਧੂ ਦੀ ਬੰਦਗੀ ਸਾਧੂ ਨਹੀਂ ਬੋਲਦਾ ਸਾਧੂ ਦੀ ਬੰਦਗੀ ਬੋਲੇ ਬੋਲਦਾ ਸਾਧੂ ਦੀ ਬੰਦਗੀ ਬੋਲੇ ਬੰਦਗੀ ਬੋਲੇ ਸਾਧੂ ਦੀ ਬੰਦਗੀ ਬੋਲੇ
ਜਿਹੜਾ ਹਰੀ ਪਰਮੇਸ਼ਰ ਦਾ ਭਗਤ ਆ ਉਹ ਛੁਪ ਨਹੀਂ ਸਕਦਾ ਭਾਵੇਂ ਲੱਖਾਂ ਯਤਨ ਕਰੇ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਨੇ ਪ੍ਰੇਮ ਵਾਲੇ ਬਹੁਤਾ ਵਿਖਾਵਾ ਨਹੀਂ ਕਰਦੇ ਹੁੰਦੇ ਠੀਕ ਆ ਮਾਇਆ ਧਾਰੀ ਵਿਖਾਵਾ ਕਰ ਜਾਂਦਾ ਨਾਮੀ ਨਹੀਂ ਕਰਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮਾਇਆ ਧਾਰੀ ਵਿਖਾਵਾ ਕਰ ਜਾਂਦਾ ਵੀ ਸੋਹਣੀ ਕੋਠੀ ਪਾਈਏ ਵੱਡੀ ਗੱਡੀ ਲਿਆਈਏ ਲੋਕੀ ਵੇਖਣ ਨਹੀਂ ਸਾਧੂ ਜੱਗ ਵਿੱਚ ਰਹਿੰਦੇ ਨੇ ਦੀਵਾਨੇ ਬਣ ਕੇ ਸਾਧੂ ਜੱਗ ਵਿੱਚ ਰਹਿੰਦੇ ਨੇ ਬਗਾਨੇ ਬਣ ਕੇ ਬਗਾਨੇ ਦਾ ਭਾਵ ਕੀ ਆ ਜੱਗ ਨਾਲ ਬਹੁਤਾ ਮੋਹ ਨਹੀਂ ਪਾਇਆ ਸਤਿਨਾਮ ਸ੍ਰੀ ਵਾਹਿਗੁਰੂ ਹੁੰਦੇ ਹੀਰਿਆਂ ਤੋਂ ਮਹਿੰਗੇ ਬੰਦਗੀ ਬੜੀ ਹੁੰਦੀ ਹੈ ਬੜਾ ਨਾਮ ਜਪਿਆ ਹੁੰਦਾ ਇੱਕ ਇੱਕ ਬਚਨ ਅਮੋਲਕ ਹੁੰਦਾ ਹੀਰਿਆਂ ਵਰਗਾ ਪਰ ਰਹਿੰਦੇ ਨੇ ਆਨਿਆਂ ਵਾਂਗ ਆਨੇ ਦਾ ਭਾਵ ਕੀ ਆ ਕਦੇ ਮਾਣ ਕੀਤਾ ਹੀ ਨਹੀਂ ਆਖੋ ਸਤਿਨਾਮ ਉਹਨਾਂ ਕੋਲ ਮਾਣ ਨਹੀਂ ਹੁੰਦਾ ਜਿਨ੍ਹਾਂ ਕੋਲ ਮਾਣ ਆ ਉਹਨਾਂ ਕੋਲ ਨਾਮ ਨਹੀਂ ਹੁੰਦਾ ਇਹ ਮੈਂ ਨਹੀਂ ਕਹਿੰਦਾ ਮਹਾਰਾਜ ਕਹਿੰਦੇ ਨੇ ਫਿਰੇ ਹਨੇਰੇ ਕਰੇ ਗੱਲਾਂ ਗੱਲੇ ਗਿਲੈ ਨਾ ਪਾਇਆ ਇਹ ਸਾਡੇ ਲਈ ਚਾਨਣ ਆ ਇਹ ਦੁਨੀਆਂ ਦੇ ਲੋਕੋ ਮਾਣ ਛੱਡ ਕੇ ਨਿਮਾਣਾ ਹੋ ਜਾਇਆ ਕਰ ਕਿਉਂਕਿ ਜਿਹੜੇ ਮਨ ਨੀਵਾ ਕਰ ਲੈਣ ਪਰਮੇਸ਼ਰ ਨਾਲ ਮਿਲਦਾ ਹੁੰਦਾ ਜੇ ਭਾਂਡਾ ਖਾਲੀ ਕਰਾਂਗੇ ਤਾਂ ਦੁੱਧ ਪੈਂਦਾ ਭਾਈ ਜਿਹੜੀ ਬਾਲਟੀ ਪਾਣੀ ਨਾਲ ਭਰੀ ਬੈਠਾ ਤੇ ਰੌਲਾ ਪਾਉਂਦਾ ਰਹਿੰਦਾ ਦੁੱਧ ਪਾਇਓ ਜੀ ਦੁੱਧ ਪਾਇਓ ਜੀ ਜਿਹੜਾ ਅਣਜਾਣ ਉਹਨੇ ਭਰਿਆ ਭਰਾਇਆ ਦੁੱਧ ਪਾਣੀ ਵਿੱਚ ਪਾ ਦੇਣਾ ਮਿਲਾਵਟ ਹੋ ਜਾਣਾ ਸਭ ਕੁਝ ਖਤਮ ਜਿਹੜਾ ਸੂਝਵਾਨ ਹੋਵੇ ਜਿਹੜਾ ਗਿਆਨਵਾਨ ਹੋਵੇ ਉਹ ਕਹਿੰਦਾ ਪਹਿਲਾਂ ਭਾਂਡਾ ਖਾਲੀ ਕਰਕੇ ਆਖੋ ਸਤਿਨਾਮ ਸਾਡਾ ਮਨ ਰੂਪੀ ਭਾਂਡਾ ਸਾਡਾ ਹਿਰਦਾ ਰੂਪੀ ਭਾਂਡਾ ਜੇ ਮਾਣ ਭਰਿਆ ਨਾ ਫਿਰ ਮਹਾਰਾਜ ਨੇ ਮਰਿਆਦਾ ਬਣਾਈ ਆ ਲੰਗਰ ਦੇ ਭਾਂਡੇ ਮਾਂਜਿਆ ਕਰ ਜਿਹੜਾ ਲੰਗਰ ਦੇ ਭਾਂਡੇ ਮਾਂਜਣ ਲੱਗ ਪੈਂਦਾ ਉਹਦਾ ਮਨ ਮਾਂਜਿਆ ਜਾਂਦਾ ਉਹਨੂੰ ਗਿਆਨ ਹੋ ਜਾਂਦਾ ਜੇ ਮਾਲਕ ਨਾਲ ਮੇਲਾ ਕਰਨਾ ਘਾਲਣਾ ਘਾਲਣੀ ਪੈਣੀ ਗੱਲਾਂ ਵਾਲਿਆਂ ਨੂੰ ਮਾਲਕ ਨਹੀਂ ਮਿਲਦਾ ਹੁੰਦਾ ਗੱਲਾਂ ਵਾਲੇ ਖਾਲੀ ਰਹਿ ਜਾਂਦੇ ਨੇ ਗੱਲਾਂ ਨਾਲ ਨੀ ਪਹੁੰਚਿਆ ਜਾਣਾ ਗੱਲਾਂ ਨਾਲ ਨੀ ਪਹੁੰਚਿਆ ਜਾਣਾ ਪਹੁੰਚਿਆ ਜਾਣਾ ਦੇਸ਼
ਗੱਲਾਂ ਵਾਲਿਆਂ ਨੂੰ ਮਾਲਕ ਨਹੀਂ ਮਿਲਦਾ ਖੋ ਸਤਨਾਮ ਸ੍ਰੀ ਵਾਹਿਗੁਰੂ ਗੱਲਾਂ ਵਾਲਾ ਖਾਲੀ ਰਹਿ ਜਾਂਦਾ ਜਿਹੜਾ ਮਨ ਨੀਵਾ ਕਰ ਲਵੇ ਉਹਦੀਆਂ ਦਰਗਾਹ ਤੱਕ ਜੈ ਜੈਕਾਰ ਧੰਨ ਧੰਨ ਬਾਬਾ ਗੱਜਣ ਸ਼ਾਹ ਜੀ ਮਹਾਰਾਜ ਅੱਜ ਉਹਨਾਂ ਦੀਆਂ ਜੈ ਜੈਕਾਰਾਂ ਉਹਨਾਂ ਨੇ ਨਾਮ ਜਪਿਆ ਇਸ ਯੁੱਗ ਮੈਂ ਸ਼ੋਭਾ ਨਾਮ ਕੀ ਮੈਂ ਜਿਹੜੀ ਸਾਂਝ ਪਾਉਣੀ ਚਾਹੁੰਦਾ ਸੀ ਬਿਨ ਨਾਵੈ ਸ਼ੋਭ ਨਾ ਹੋਏ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਤੇਰੀਆਂ ਜੈ ਜੈਕਾਰਾਂ ਹੋਣੀਆਂ ਨਹੀਂ ਆਖੋ ਸਤਨਾਮ ਸ੍ਰੀ ਵਾਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਿਹੜਾ ਮਾਇਆ ਦਾ ਰੰਗ ਉੱਡ ਜਾਂਦਾ ਜਿਹੜੀ ਮਾਇਆ ਦੀ ਵਡਿਆਈ ਆ ਚਾਰ ਦਿਨ ਦੀ ਪ੍ਰਾਹੁਣੀ ਆ ਮਹਾਰਾਜ ਕਲੀਅਰ ਕਹਿੰਦੇ ਨੇ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮਨਾ ਹੋਏ ਕਹਿੰਦੇ ਮਾਇਆ ਦੀ ਵਡਿਆਈ ਕਦੋਂ ਮੁੱਕ ਗਈ ਕਦੋਂ ਖਤਮ ਹੋ ਗਈ ਪਤਾ ਵੀ ਨਹੀਂ ਲੱਗਿਆ ਇਸੇ ਕਰਕੇ ਆ ਨਾਮ ਦਾ ਰੰਗ ਆ ਨਾਮ ਦਾ ਚਾਨਣ ਮੈਂ ਜਿਹੜੀ ਬੇਨਤੀ ਆਰੰਭ ਕਰੀ ਆ ਨਾ ਜਿਹੜਾ ਨਾਮੀ ਹੋ ਗਿਆ ਅੱਗ ਦੀ ਤੇ ਜਗ ਦੀ ਪਰਵਾਹ ਨਹੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਤੀ ਤਵੀ ਤੇ ਬਹਿ ਗਏ ਇੰਨਾ ਮਨ ਵੈਰਾਗੀ ਕਿਉਂ ਬਹਿ ਗਏ ਭਾਈ ਆਪਾਂ ਅੱਜ ਤੱਕ ਪੜ੍ਹਦੇ ਹਾਂ ਨਾ ਮਹਾਰਾਜ ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਏ ਹਰ ਕੋਈ ਨੀ ਬਹਿੰਦਾ ਕੌਣ ਬਹਿੰਦਾ ਜੀ ਦੀ ਘੱਲ ਨਾ ਵੱਡੀ ਹੋਵੇ ਜਿਨ੍ਹਾਂ ਨੇ ਵੱਡੀਆਂ ਕਮਾਈਆਂ ਕੀਤੀਆਂ ਹੋਣ ਮੈਂ ਸਭ ਤੋਂ ਵੱਡਾ ਗੁਣ ਬਿਆਨ ਕਰਾਂ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਨੇ ਮਾਂ ਪਿਓ ਦੀ ਆਗਿਆ ਸਤ ਕਰਕੇ ਮੰਨੀ ਇਹ ਸਭ ਤੋਂ ਵੱਡਾ ਗੁਣ ਜਿਹੜਾ ਬੰਦਾ ਮਾਂ ਪਿਓ ਦੀ ਆਗਿਆ ਮੰਨਦਾ ਉਹ ਰੱਬ ਦਾ ਭਾਣਾ ਮਿੱਠਾ ਕਰਕੇ ਮੰਨ ਲੈਂਦਾ ਜਿਹਨੇ ਮਾਂ ਪਿਓ ਦੀ ਆਗਿਆ ਨਹੀਂ ਮੰਨੀ ਉਹ ਰੱਬ ਦਾ ਭਾਣਾ ਮਿੱਠਾ ਕਰਕੇ ਮੰਨੇ ਨਹੀਂ ਸਕਦਾ ਉਹ ਤੇ ਭੱਜੇਗਾ ਭਾਈ ਸਭ ਤੋਂ ਵੱਡੀ ਆਗਿਆ ਮਾਂ ਪਿਓ ਦੀ ਆਗਿਆ ਫਿਰ ਰੱਬ ਦਾ ਭਾਣਾ ਤਾਂ ਮੰਨਿਆ ਜਾਂਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ
ਮਾਤਾ ਭਾਨੀ ਜੀ ਦਾ ਇੱਕ ਵੀ ਵਚਨ ਨਹੀਂ ਮੋੜਿਆ ਜ਼ਿੰਦਗੀ ਵਿੱਚ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪਿਤਾ ਦਾ ਵੀ ਇੱਕ ਵਚਨ ਨਹੀਂ ਮੋੜਿਆ। ਭਾਵੇਂ ਪ੍ਰਿਥੀ ਚੰਦ ਵਰਗੇ ਖਾਲੀ ਰਹਿ ਗਏ, ਜੇ ਆਗਿਆ ਨਹੀਂ ਮੰਨੀ ਖਾਲੀ ਰਹਿ ਗਏ, ਮਹਾਦੇਵ ਜੀ ਵਰਗੇ ਖਾਲੀ ਰਹਿ ਗਏ, ਜੇ ਮਾਂ ਪਿਓ ਦੀ ਆਗਿਆ ਨਹੀਂ ਮੰਨੀ ਰੱਬ ਦਾ ਭਾਣਾ ਮੰਨਿਆ ਨਹੀਂ ਜਾਂਦਾ, ਭਾਵੇਂ ਮੇਰੇ ਤੇਰੇ ਵਰਗਾ ਲੱਖ ਵਿਖਾਵਾ ਕਰਦਾ ਫਿਰੇ, ਮੈਂ ਧਰਮੀ ਆ ਵੱਡੀ ਦਸਤਾਰ ਬੰਨੀ ਫਿਰੇ, ਵੱਡੀ ਕਿਰਪਾਨ ਪਾਈ ਫਿਰੇ, ਲੰਮਾ ਚੋਲਾ ਪਾਈ ਫਿਰੇ, ਬਈ ਮੇਰੇ ਵਰਗਾ ਧਰਮੀ ਕੋਈ ਨਹੀਂ ਭਾਈ ਵਿਖਾਵਾ ਕਰੇ। ਜਿਹੜਾ ਮਾਂ ਪਿਓ ਦੀ ਆਗਿਆ ਨਹੀਂ ਮੰਨਦਾ ਮਾਲਕ ਦਾ ਭਾਣਾ ਮੰਨੇ ਨਹੀਂ ਸਕਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਤੀ ਤਵੀ ਉੱਤੇ ਬਹਿ ਗਏ ਤੱਤੀ ਤਵੀ ਉੱਤੇ ਬਹਿ ਗਏ ਗੁਰੂ ਪੰਜਵੇਂ ਪਿਆਰੇ ਤੱਤੀ ਤਵੀ ਉੱਤੇ ਬਹਿ ਗਏ ਗੁਰੂ ਪੰਜਵੇਂ ਪਿਆਰੇ ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਏ
ਆ ਜੇਠ ਦਾ ਮਹੀਨਾ ਵੀ ਦਿੱਤਾ, ਸੁਣਿਓ ਜਰਾ, ਚੰਦੂ ਦਾ ਸੁਭਾਅ ਵੀ ਦਿੱਤਾ, ਤਵੀ ਵੀ ਦਿੱਤੀ, ਰੇਤਾ ਵੀ ਦਿੱਤਾ ਜਿਹੜਾ ਸੀਸ ਵਿੱਚ ਪੈਂਦਾ। ਲਟਾ ਲਟ ਅੱਗ ਬਣਦੀ ਪਈ ਆ, ਤੱਤੀ ਤਵੀ ਨੂੰ ਠੰਡੇ ਨਹੀਂ ਕੀਤਾ। ਇਹ ਤੇ ਜਾਦੂਗਰੀਆਂ ਲੋਕੀ ਕਰਦੇ ਨੇ, ਆ ਬਿੰਡਾਂ ਵਿੱਚ ਆਉਂਦੇ ਨੇ ਤਮਾਸ਼ਾ ਕਰਨ ਵਾਲੇ, ਜਾਦੂਗਰੀਆਂ ਕਰਨ ਵਾਲੇ, ਜਿਹੜਾ ਕੁਝ ਕਹੋ ਉਹ ਕੁਝ ਕੱਢ ਕੇ ਵਿਖਾ ਦਿੰਦੇ। ਜੇ ਕਹਿਣਗੇ ਜੇ ਮੋਰੀਆ ਸੂਟ ਕੱਢ ਕੇ ਵਿਖਾ, ਵਧੀਆ ਸੂਟ ਕੱਢ ਕੇ ਵਿਖਾ ਦਿੰਦੇ। ਜੇ ਟੇਪ ਰਿਕਾਰਡ ਕਹਿੰਦੇ ਆ ਨਾ, ਕੱਢ ਕੇ ਵਿਖਾ ਦਿੰਦੇ ਸੀ ਪੁਰਾਣੇ ਸਮਿਆਂ ਵਿੱਚ। ਜੇ ਕਹਿਣਾ ਲੱਡੂ ਮੰਗਾ ਦੇ, ਲੱਡੂ ਵੀ ਮੰਗਾ ਦਿੰਦੇ ਸੀ। ਬਾਅਦ ਵਿੱਚ ਵਿਚਾਰੇ ਪੰਜ ਪੰਜ ਰੁਪਈਏ ਮੰਗਦੇ ਹੁੰਦੇ ਨੇ ਆਖੋ ਸਭ ਨਾਲ, ਵੀ ਜਿੰਨਿਆਂ ਨੇ ਤਮਾਸ਼ਾ ਵੇਖਿਆ ਕੌਲੀ ਕੌਲੀ ਆਟੇ ਨੂੰ ਦੇ ਜਿਓ ਭਾਈ, ਇਹ ਜਾਦੂਗਰੀਆਂ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜਾਦੂਗਰੀ ਨਹੀਂ ਕੀਤੀ, ਉਹ ਵੱਡੀਆਂ ਕਮਾਈਆਂ ਦੇ ਮਾਲਕ। ਤੱਤੀ ਤਵੀ ਤੇ ਬਹਿ ਕੇ ਤਵੀ ਠੰਡੀ ਨਹੀਂ ਕੀਤੀ, ਤੱਤੀ ਤਵੀ ਤੇ ਬਹਿ ਕੇ ਆਪ ਠੰਡੇ ਹੋਣਾ ਇਹ ਵੱਡੀ ਕਮਾਈ ਆ ਆਖੋ ਸਭ ਨਾਲ। ਤੱਤੀ ਤਵੀ ਤੇ ਬਹਿ ਕੇ ਆਪ ਸ਼ਾਂਤ ਰਹਿਣਾ, ਇਹ ਪਤਾ ਲੱਗਦਾ ਸੀ ਇਹਨਾਂ ਨੇ ਨਾਮ ਜਪਿਆ ਹੋਇਆ। ਜਿਹੜਾ ਨਾਮੀ ਆ ਨਾ, ਉਹਦਾ ਤਨ ਵੀ ਉਹਦਾ ਮਨ ਵੀ ਸ਼ਾਂਤ ਹੋ ਜਾਂਦਾ। ਭਾਵੇਂ ਸਮਾਂ ਕਲ ਜੁਗਦਾ, ਕਲ ਤਾਤੀ ਠੰਡ ਹਰਨਾਉ, ਸਿਮਰ ਸਿਮਰ ਸਦਾ ਸੁਖ। ਮਹਾਰਾਜ ਕੀ ਕਹਿੰਦੇ ਨੇ, ਕਲ ਯੁਗ ਰਥ ਅਗਨ ਕਾ, ਆ ਜਿਹੜਾ ਕਲ ਯੁਗ ਆ ਨਾ, ਇਹ ਤੇ ਮਹਾਰਾਜ ਕਹਿੰਦੇ ਏਦਾਂ ਹਾਲ ਆ ਜਿਵੇਂ ਅੱਗ ਦਾ ਗੱਡਾ ਭਰਿਆ ਜਾਂਦਾ ਹੋਵੇ। ਕਲ ਯੁਗ ਰਥ ਅਗਨ ਕਾ, ਕੂੜ ਅੱਗੇ ਰਥ ਵਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਤੱਤੀ ਤਵੀ ਤੇ ਬੈਠੇ ਨੇ, ਅੱਜ ਤੱਕ ਠੰਡੀਆਂ ਛਬੀਲਾਂ ਲਾਉਂਦੇ ਆ, ਉਹ ਅਸੀਂ ਪਾਗਲ ਨਹੀਂ ਭਾਈ। ਅੱਤ ਦੀ ਗਰਮੀ ਆ, ਸਾਡੇ ਗੁਰੂ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਜਾਲਮਾਂ ਨੇ, ਪਰ ਆਪਾਂ ਠੰਡੇ ਜਲ ਦੀ ਛਬੀਲ ਲਾਉਂਦੇ ਆ। ਕਿਉਂ ਬਈ? ਅਸੀਂ ਅੱਜ ਤੱਕ ਇਹੀ ਸੰਦੇਸ਼ ਦਿੰਦੇ ਆ, ਅਸੀਂ ਸ਼ਾਂਤੀ ਪਸੰਦ ਲੋਕ ਹਾਂ। ਖੁਸ਼ਤ ਨਾਲ ਸ੍ਰੀ ਵਾਹ। ਠੀਕ ਆ, ਸਰਕਾਰਾਂ ਅੱਤਵਾਦੀ ਕਹਿ ਜਾਂਦੀਆਂ ਨੇ, ਵੱਖਵਾਦੀ ਕਹਿ ਜਾਂਦੀਆਂ ਨੇ, ਪਰ ਨਹੀਂ, ਆ ਜੇਠ ਦਾ ਮਹੀਨਾ, ਅੱਤ ਦੀ ਗਰਮੀ, ਅਸੀਂ ਲੋਕਾਂ ਨੂੰ ਠੰਡਾ ਪਾਣੀ ਪਿਲਾਉਂਦੇ ਆ, ਠੰਡਾ ਮਿੱਠਾ ਜਲ ਵਰਤਾਉਂਦੇ ਆ। ਇਹਦਾ ਭਾਵ ਕੀ ਆ? ਅਸੀਂ ਠੰਡੇ ਵੀ ਬਣੇ ਆ, ਅਸੀਂ ਅੰਦਰੋਂ ਮਿੱਠੇ ਵੀ ਬਣੇ ਆ। ਆਖੋ ਸਭ ਨਾਲ ਸ੍ਰੀ ਵਾਹ। ਅੱਜ ਤੱਕ ਸਮਝੇ ਨਹੀਂ ਸਕੀ ਦੁਨੀਆ ਸਾਨੂੰ, ਸਾਡੇ ਮਹਾਰਾਜ ਤੱਤੀਆਂ ਤਵੀਆਂ ਤੇ ਬਹਿ ਗਏ। ਅਸੀਂ ਇੱਟ ਦਾ ਜਵਾਬ ਪੱਥਰ ਨਾਲ ਨਹੀਂ ਦੇਣ ਜਾਂਦੇ, ਅਸੀਂ ਮਾਲਕ ਦਾ ਭਾਣਾ ਮਿੱਠਾ ਕਰਕੇ ਦਿੰਦੇ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਤੱਤੀ ਤਵੀ ਤੇ ਬਹਿ ਗਏ, ਅੱਜ ਤੱਕ ਪਿਆਰ ਵਾਲੇ ਇਹ ਗਿਆਨ ਪੱਲੇ ਬੰਨਿਆ। ਕਲ ਯੁਗ ਤੱਤੀਆਂ ਹਵਾਵਾਂ ਵਾਲਾ, ਕਲ ਤਾਤੀ ਠੰਡਾ ਹਰਨਾਉ, ਸਿਮਰ ਸਿਮਰ ਕਲ ਯੁਗ ਤੱਤੀਆਂ ਹਵਾਵਾਂ ਠੰਡਾ ਤੇਰਾ ਨਾਮ ਨਾਮ ਬਾਲਕ ਹਰ ਜਨ ਕੰਨਿਆ ਮਾਮ ਬਾਲਕ
ਤੇਰਾ ਨਾਮ ਮਾਲਕਾ ਅਰਜਨ ਕਰਦੀਆਂ ਮਹਾਰਾਜਾ ਤੇਰਾ ਨਾਮ ਮਾਲਕਾ ਤੇਰਾ ਨਾਮ ਮਾਲਕਾ ਤੇਰੇ ਪਿਆਰੇ ਤੇਰਾ ਨਾਮ ਮਾਲਕਾ ਤੇਰਾ ਨਾਮ ਮਾਲਕਾ ਤੇਰਾ ਨਾਮ ਮਾਲਕਾ ਤੇਰੇ ਪਿਆਰੇ ਸੰਤਾ ਤੇਰਾ ਨਾਮ ਪਰਮੇਸ਼ਰ ਜੀ ਦਾ ਨਾਮ ਸਾਡਾ ਤਨ ਵੀ ਸਾਡਾ ਮਨ ਵੀ ਸ਼ਾਂਤ ਕਰਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਿਓ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਣ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ ਉੱਤੇ ਨਦਰ ਹੋ ਗਈ ਮਾਲਕ ਦੀ ਉਹ ਸ਼ਾਂਤ ਹੋ ਗਏ, ਉਹ ਤ੍ਰਿਪਤ ਹੋ ਗਏ, ਨਿਹਾਲ ਹੋ ਗਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਇਆ ਏਕ ਅੱਖਰ ਹਰ ਮਨ ਮਸਤ ਨਾਨਕ ਹੋਤ ਨਿਹਾਲ। ਜਿਨ੍ਹਾਂ ਨੇ ਇੱਕ ਅੱਖਰ ਹਿਰਦੇ ਵਿੱਚ ਵਸਾਇਆ, ਜਿਨ੍ਹਾਂ ਨੇ ਕਿਨਕਾ ਵਸਾਇਆ, ਕਿਨਕਾ ਇੱਕ ਜੀ ਵਸਾਵੇ ਤਾਂ ਕਿ ਮਹਿਮਾ ਗਨੀ ਨਾ ਲਾ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਕਿਨਕਾ ਵੀ ਵਸਾਇਆ ਹਿਰਦੇ ਵਿੱਚ ਉਹਨਾਂ ਦੀ ਮਹਿਮਾ ਵੱਡੀ ਬੋਲੀ, ਉਹਨਾਂ ਦੀ ਮਹਿਮਾ ਬਿਆਨ ਨਹੀਂ ਹੁੰਦੀ ਭਾਈ। ਜਿਹੜੇ ਨਾਮੀ ਹੋ ਗਏ, ਜਿਨ੍ਹਾਂ ਦੀ ਯਾਦ ਵਿੱਚ ਆਪ ਜੀ ਬੈਠੇ ਹੋ, ਮੈਂ ਥੋੜਾ ਜਿਹਾ ਸਮਾਂ ਸਾਂਝ ਪਾਵਾਂ ਤੁਹਾਡੇ ਨਾਲ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਤੀ ਤਵੀ ਤੇ ਬਹਿ ਗਏ, ਮਾਲਕ ਦਾ ਭਾਣਾ ਮਿੱਠਾ ਕਰਕੇ ਮੰਨਿਆ। ਉਹਨਾਂ ਦੀ ਸ਼ਹੀਦੀ ਦੇ ਜਿਹੜੇ ਕਾਰਨ ਨੇ ਨਾ ਵਿਦਵਾਨਾਂ ਨੇ, ਉਹਨਾਂ ਦੀ ਸ਼ਹੀਦੀ ਦੇ ਕਈ ਕਾਰਨ ਦੱਸੇ ਨੇ। ਜਹਾਂਗੀਰ ਬਾਦਸ਼ਾਹ ਜੀ ਜਿਹੜਾ ਜਹਾਂਗੀਰ ਬਾਦਸ਼ਾਹ ਸੀ ਨਾ, ਅੰਦਰੋਂ ਅੰਦਰੀ ਖਾਰ ਖਾਂਦਾ ਸੀ। ਉਹਨੇ ਜਿਹੜੀ ਆਪਣੀ ਜੀਵਨੀ ਲਿਖੀ ਆ ਨਾ ਜਹਾਂਗੀਰ ਬਾਦਸ਼ਾਹ ਨੇ, ਤੁੱਛ ਕੇ ਜਹਾਂਗੀਰ, ਉਹਦੇ ਵਿੱਚ ਲਿਖਿਆ ਕਹਿੰਦਾ ਗੁਰੂ ਨਾਨਕ ਦੇ ਘਰ ਦੀ ਮਹਿਮਾ ਮੈਨੂੰ ਜਰੀ ਨਹੀਂ ਜਾਂਦੀ। ਉਹ ਚਾਹੁੰਦਾ ਸੀ ਇਹ ਦਰ ਛੇਤੀ ਤੋਂ ਛੇਤੀ ਬੰਦ ਹੋਣਾ ਚਾਹੀਦਾ, ਕਿਉਂਕਿ ਬੜੇ ਲੋਕੀ ਆਉਂਦੇ ਨੇ, ਬੜੇ ਹਿੰਦੂ ਵੀ ਆਏ ਸੇਵਕ ਬਣ ਗਏ, ਬੜੇ ਮੁਸਲਮਾਨ ਆਏ ਸੇਵਾਦਾਰ ਬਣ ਗਏ। ਕਹਿੰਦਾ ਗੁਰੂ ਨਾਨਕ ਦੇ ਘਰ ਦੀ ਵਡਿਆਈ, ਇਸ ਦਰ ਘਰ ਦੀ ਸ਼ੋਭਾ ਝੱਲੀ ਨਹੀਂ ਜਾਂਦੀ ਮੈਨੂੰ। ਜਹਾਂਗੀਰ ਬਾਦਸ਼ਾਹ ਅੰਦਰੋਂ ਅੰਦਰੀ ਚਾਹੁੰਦਾ ਸੀ ਇਹ ਦਰ ਬੰਦ ਹੋਣਾ ਚਾਹੀਦਾ, ਇਹਦੀ ਮਹਿਮਾ ਵੱਧ ਰਹੀ ਹੈ, ਇਸ ਦਰ ਘਰ ਦੀ ਜੈ ਜੈਕਾਰ ਵੱਧ ਰਹੀ ਹੈ। ਇਹ ਵੀ ਕਾਰਨ ਵਿਦਵਾਨਾਂ ਨੇ ਲਿਖਿਆ, ਜਹਾਂਗੀਰ ਖਾਰ ਖਾਂਦਾ ਸੀ ਅੰਦਰੋਂ। ਜਿਹੜਾ ਮੁੱਖ ਕਾਰਨ, ਜਹਾਂਗੀਰ ਬਾਦਸ਼ਾਹ ਦਾ ਦੀਵਾਨ ਸੀ ਚੰਦੂ, ਉਹਦੀ ਲੜਕੀ ਦਾ ਨਾਤਾ ਲੈ ਕੇ ਆਏ ਸੀ ਪੰਡਿਤ ਲੋਕ। ਪੁਰਾਣੇ ਸਮਿਆਂ ਵਿੱਚ ਵਿਦਵਾਨ ਲੋਕ, ਗਿਆਨੀ ਲੋਕ, ਪੰਡਿਤ ਲੋਕ ਨਾਤੇ ਪੱਕੇ ਕਰਦੇ ਸੀ, ਉਹਨਾਂ ਦਾ ਅਦਬ ਹੁੰਦਾ ਸੀ, ਉਹਨਾਂ ਦਾ ਸਤਿਕਾਰ ਹੁੰਦਾ ਸੀ, ਉਹ ਵਿਚੋਲਗਿਰੀ ਕਰਦੇ ਹੁੰਦੇ ਸੀ ਸਿਆਣੇ ਲੋਕ, ਪੰਡਿਤ ਲੋਕ, ਵਿਦਵਾਨ ਲੋਕ। ਦੀਵਾਨ ਚੰਦੂ ਦੀ ਲੜਕੀ ਦਾ ਨਾਤਾ ਲੱਭਦੇ ਲੱਭਦੇ ਪੰਡਿਤ ਲੋਕ ਆ ਗਏ ਅੰਮ੍ਰਿਤਸਰ ਸਾਹਿਬ ਦੀ ਧਰਤੀ।
ਜਦੋਂ ਵੇਖਿਆ ਨਾ ਇੰਨੀ ਸੰਗਤ ਆ ਰਹੀ ਆ ਇੰਨੀਆਂ ਜੈ ਜੈਕਾਰਾਂ ਇੰਨੀ ਵਡਿਆਈ ਇਹ ਦਰ ਫਕੀਰਾਂ ਦਾ ਆ ਗੁਰੂ ਨਾਨਕ ਪਾਤਸ਼ਾਹ ਦਾ ਦਰ ਇਹ ਫਕੀਰਾਂ ਦਾ ਘਰ ਬਾਬਾ ਗੱਜਣ ਸ਼ਾਹ ਜੀ ਮਹਾਰਾਜ ਵਰਗੇ ਸੱਚੇ ਫਕੀਰ ਹੋਏ ਇਹ ਫਕੀਰੀ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਇੱਥੇ ਮਾਣ ਨਹੀਂ ਪ੍ਰਵਾਨ ਇੱਥੇ ਹਿਰਦੇ ਦੀ ਗਰੀਬੀ ਜਿਹੜਾ ਮਨ ਨਹੀਂ ਵਾਕਰ ਗਿਆ ਭਾਵੇਂ ਰਾਜਾ ਮਹਾਰਾਜਾ ਹੋਵੇ ਵੇਖਿਓ ਅੱਜ ਵੀ ਬੜੇ ਰਾਜੇ ਮਹਾਰਾਜੇ ਆਉਂਦੇ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਕਦੇ ਇੰਗਲੈਂਡ ਦੀ ਰਾਣੀ ਮੱਥਾ ਟੇਕਣ ਆ ਜਾਂਦੀ ਹੈ ਕਦੇ ਕੈਨੇਡਾ ਦਾ ਪ੍ਰਧਾਨ ਮੰਤਰੀ ਆ ਜਾਂਦਾ ਕਦੇ ਕਿਤੋਂ ਕੋਈ ਰਾਸ਼ਟਰਪਤੀ ਆ ਜਾਂਦਾ ਇਹ ਗੁਰੂ ਨਾਨਕ ਦਾ ਘਰ ਇਹ ਫਕੀਰਾਂ ਦਾ ਘਰ ਵੱਡੇ ਵੱਡੇ ਰਾਜੇ ਮਹਾਰਾਜੇ ਮੰਗਣ ਆਉਂਦੇ ਨੇ ਫਕੀਰ ਬਣ ਕੇ ਭਿਖਾਰੀ ਬਣ ਕੇ ਆਉਂਦੇ ਨੇ ਆ ਮੈਨੂੰ ਪ੍ਰੇਮ ਵਾਲੇ ਕਹਿੰਦੇ ਬਾਬਾ ਜੀ ਧਾਰਨਾ ਜ਼ਰੂਰ ਕਰ ਦਿਓ ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਇਹ ਦਰ ਫਕੀਰਾਂ ਦਾ ਕਰਕੇ ਆਉਂਦੇ ਨੇ ਵੱਡੇ ਵੱਡੇ ਰਾਜੇ ਮਹਾਰਾਜੇ ਜਿਹੜਾ ਮਨ ਨੀਵਾ ਕਰਕੇ ਆਵੇ ਨਾ
ਉਹਦੀ ਭਾਵਨਾ ਪੂਰੀ ਹੋ ਜਾਂਦੀ ਹੈ ਜਿਹੜਾ ਮਾਣ ਕਰਕੇ ਆਉਂਦਾ ਉਹ ਖਾਲੀ ਰਹਿ ਜਾਂਦਾ ਰੱਖੋ ਸਤਨਾਮ ਹੁਣ ਪੰਡਿਤ ਲੋਕ ਆਏ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਦਰਬਾਰ ਦੀ ਵਡਿਆਈ ਵੇਖੀ ਜੈ ਜੈਕਾਰ ਵੇਖੀ ਮਹਾਰਾਜ ਨੂੰ ਬੇਨਤੀ ਕਰਦੇ ਨੇ ਮਹਾਰਾਜ ਅਸੀਂ ਚੰਦੂ ਦੀ ਲੜਕੀ ਦਾ ਨਾਤਾ ਲੈ ਕੇ ਆਇਆ ਤੁਹਾਡੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਮਹਾਰਾਜ ਮਹਾਰਾਜ ਚੰਦੂ ਦੀ ਲੜਕੀ ਦਾ ਨਾਤਾ ਪ੍ਰਵਾਨ ਕਰ ਲਓ ਮਹਾਰਾਜ ਕਹਿੰਦੇ ਭਾਈ ਪ੍ਰਵਾਨ ਕਰ ਲੈਂਦੇ ਆ ਪਰ ਇਹ ਨਾ ਭੁੱਲਿਓ ਇਹ ਜਿਹੜਾ ਦਾਦਾ ਇਹ ਫਕੀਰਾਂ ਦਾ ਦਾਦਾ ਆਖੋ ਸਭ ਨਾ ਹਨ ਸ੍ਰੀ ਵਾਹ ਕੋਈ ਓਹਲਾ ਨਹੀਂ ਰੱਖਿਆ ਮਹਾਰਾਜ ਨੇ ਸਿੱਧਾ ਹੀ ਕਹਿ ਦਿੱਤਾ ਇਹ ਫਕੀਰਾਂ ਦਾ ਦਾਦਾ ਹਾਂ ਜਿਹੜਾ ਸ਼ਰਧਾ ਧਾਰ ਕੇ ਆਵੇ ਉਹਦਾ ਜੰਮਣਾ ਮਰਨਾ ਕੱਟਿਆ ਜਾਂਦਾ ਇਹ ਮੈਂ ਨਹੀਂ ਕਹਿੰਦਾ ਮਹਾਰਾਜ ਦੀ ਗੁਰਬਾਣੀ ਕਹਿੰਦੀ ਹੈ ਮਨਸਾ ਧਾਰ ਜੋ ਕਰਦੇ ਆਵੇ ਸਾਧ ਸੰਗਤ ਜਨਮ ਮਰਨ ਮਿਟਾਵੇ ਜਿਹੜਾ ਸ਼ਰਧਾ ਧਾਰ ਕੇ ਆ ਜੇ ਉਹਦੇ ਵੇੜੇ ਪਾਰ ਨੇ ਆਖੋ ਸਭਨਾ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਪੜ੍ਹਦੇ ਹੁੰਦੇ ਸੀ ਸ਼ਰਧਾ ਧਾਰ ਕੇ ਸੰਗਤ ਵਿੱਚ ਆ ਰੱਬ ਦੇ ਫਕੀਰ ਸੱਚ ਦਾ ਗਿਆਨ ਕਰਾਉਂਦੇ ਗੁਰੂ ਨਾਨਕ ਦੇ ਘਰ ਵਿੱਚ ਆਉਣਾ ਕਿਵੇਂ ਆ ਇੱਥੇ ਬਹਿਣਾ ਕਿਵੇਂ ਆ ਬੋਲਣਾ ਕਿਵੇਂ ਆ ਕਹਿੰਦੇ 12-12 ਸਾਲ ਰਹੀ ਹੈ ਸਾਧੂਆਂ ਦੀ ਟੋਲੀ ਤਾਂ ਕਿਤੇ ਆ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ ਆਖੋ ਸਤਨਾਮ ਸ੍ਰੀ ਵਾਹ ਨਹੀਂ ਤੇ ਬੜੇ ਲੋਕੀ ਨੇ ਬੈਠਣਾ ਹੀ ਨਹੀਂ ਆਇਆ ਭਾਈ ਸਾਨੂੰ ਬੋਲਣਾ ਹੀ ਨਹੀਂ ਆਇਆ ਅਸੀਂ ਆਉਣਾ ਮਨ ਨੀਵਾਂ ਕਰਕੇ ਆਈਏ ਬੇੜੇ ਤੇਰੇ ਪਾਰ ਹੋਣਗੇ ਸਰਦਾ ਧਾਰ ਕੇ ਸੰਗਤ ਵਿੱਚ ਬੇੜੇ ਤੇਰੇ ਪਾਰ ਹੋਣਗੇ ਸਰਦਾ ਧਾਰ ਕੇ ਸੰਗਤ ਵਿੱਚ ਬੇੜੇ ਤੇਰੇ ਪਾਰ ਹੋਣਗੇ ਉਹ ਸਰਦਾ ਧਾਰ ਕੇ ਸੰਗਤ ਵਿੱਚ ਪਾਰ
ਮਨਸਾ ਧਾਰ ਜੋ ਘਰ ਤੇ ਆਵੇ ਸਾਧ ਸੰਗਤ ਜਨਮ ਮਰਨ ਮਿਟਾਵੇ ਮਹਾਰਾਜ ਗਿਆਨ ਦਿੱਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਸੱਚ ਕਹਿ ਦਿੱਤਾ ਭਾਈ ਜੇ ਨਾਤਾ ਪੱਕਾ ਕਰਨਾ ਹੈ ਉਹ ਤੇ ਠੀਕ ਹੈ ਪਰ ਸੱਚੀ ਗੱਲ ਇਹ ਆ ਇਹ ਫਕੀਰਾਂ ਦਾ ਦਰ ਇੱਥੇ ਮਾਣ ਨਹੀਂ ਚੱਲਣਾ ਆਖੋ ਸਭਨਾ ਸ੍ਰੀ ਵਾਹ ਥੋੜੀ ਗੇਨ ਵਧਾਈ ਹੋਵੇ ਮਹਾਰਾਜ ਕਹਿੰਦੇ ਇੱਥੇ ਮਾਣ ਨਹੀਂ ਚੱਲਦਾ ਪੰਡਿਤ ਕਹਿੰਦੇ ਨੇ ਮਹਾਰਾਜ ਅਸੀਂ ਬਹੁਤ ਭਾਵਨਾ ਲੈ ਕੇ ਆਇਆ ਚੰਦੂ ਦੀ ਲੜਕੀ ਦਾ ਨਾਤਾ ਪ੍ਰਵਾਨ ਕਰ ਲੋ ਮਹਾਰਾਜ ਨੇ ਹਾਮੀ ਭਰੀ ਅਤੇ ਹੱਸ ਕੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਹਾਮੀ ਭਰੀ ਤੇ ਫਿਰ ਪੰਡਿਤ ਲੋਕ ਬੜੇ ਚਾਅ ਨਾਲ ਜਾ ਕੇ ਦੱਸਿਆ ਦੀਵਾਨ ਚੰਦੂ ਨੂੰ ਜਾ ਕੇ ਕਹਿੰਦੇ ਨੇ ਵਧਾਈਆਂ ਹੁਣ ਜੀ ਤੁਹਾਡੀ ਲੜਕੀ ਦਾ ਨਾਤਾ ਪੱਕਾ ਕਰਿਆ ਏ ਕਹਿੰਦੇ ਖਾਨਦਾਨ ਕਿਹੜਾ ਸ਼ਹਿਰ ਕਿਹੜਾ ਥਾਂ ਕਿਹੜੀ ਜਦੋਂ ਦੱਸਿਆ ਪੰਜਾਬ ਦੇ ਅੰਦਰ ਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਧੰਨ ਗੁਰੂ ਨਾਨਕ ਜੀ ਦਾ ਦਰ ਘਰ ਹੈ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦੇ ਸਾਹਿਬਜ਼ਾਦੇ ਨੂੰ ਤੁਹਾਡੀ ਲੜਕੀ ਦਾ ਨਾਤਾ ਪੱਕਾ ਕਰਿਆ ਏ ਉਹ ਵੇਲੇ ਦੀਵਾਨ ਚੰਦੂ ਨੇ ਇੱਕ ਬੋਲ ਬੋਲਿਆ ਕਿਹੜਾ ਕਹਿੰਦੇ ਆਪਣੇ ਆਪ ਨੂੰ ਚਵਾਰਾ ਗਿਆ ਤੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਦੀ ਨਿਆਈ ਗਿਆ ਉਹ ਇਹ ਪੰਡਤੋਂ ਨਾਤਾ ਤੇ ਪੱਕਾ ਕਰਿਆ ਏ ਇਹਨਾਂ ਤੇ ਵੇਖ ਲੈਂਦੇ ਮੇਰਾ ਰੁਤਬਾ ਉੱਚਾ ਮੈਂ ਦੀਵਾਨ ਆ ਜਹਾਂਗੀਰ ਬਾਦਸ਼ਾਹ ਦਾ ਮੈਂ ਚਵਾਰੇ ਦੀ ਨਿਆਈ ਤੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਦੀ ਨਿਆਈ ਕਹਿੰਦਾ ਤੋਹੀਨ ਕਰਦਾ ਪਿਆ ਕਹਿੰਦਾ ਚਵਾਰੇ ਦੀ ਇੱਟ ਮੋਰੀ ਨੂੰ ਲਾ ਕੇ ਆ ਗਿਆ ਆਖੋ ਸਤਨਾਮ ਸ੍ਰੀ ਵਾਹ ਦਿੱਲੀ ਦੀਆਂ ਸੰਗਤਾਂ ਨੇ ਸੁਣਿਆ ਉਹਨਾਂ ਨੇ ਪੱਤਰਿਕਾ ਲਿਖੀ ਚਿੱਠੀ ਦਿੱਲੀ ਦੀਆਂ ਸੰਗਤਾਂ ਨੇ ਕੀ ਲਿਖਿਆ ਮਹਾਰਾਜ ਚੰਦੂ ਦੇ ਮਨ ਵਿੱਚ ਮਾਣ ਆ ਆਪਣੇ ਆਪ ਨੂੰ ਚਵਾਰਾ ਕਹਿੰਦਾ ਪਿਆ ਇਹਦੀ ਲੜਕੀ ਦਾ ਨਾਤਾ ਨਹੀਂ ਲੈਣਾ ਆਖੋ ਸਤਨਾਮ ਸ੍ਰੀ ਵਾਹ ਚੰਦੂ ਦੀ ਲੜਕੀ ਦਾ ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਰੰਗੋ
ਤਨ ਗੁਰੂ ਅਰਜਨ ਦੇ ਮਹਾਰਾਜ ਦੇ ਦਰਬਾਰ ਵੱਲ ਕੀ ਲਿਖਿਆ ਮਹਾਰਾਜ ਆਪਣੇ ਆਪ ਨੂੰ ਚਵਾਰਾ ਕਹਿੰਦਾ ਪਿਆ ਗੁਰੂ ਨਾਨਕ ਦੇ ਘਰ ਦੀ ਤੁਹੀਨ ਕਰਦਾ ਪਿਆ ਇਹਦੇ ਮਨ ਵਿੱਚ ਮਾਣ ਆ ਮਹਾਰਾਜ ਇਹਦੀ ਲੜਕੀ ਦਾ ਨਾਤਾ ਨਹੀਂ ਲੈਣਾ ਆਖੋ ਸਤਿਨਾਮ ਸ੍ਰੀ ਵਾਹ ਮਹਾਰਾਜ ਨੇ ਫਿਰ ਸੰਗਤ ਦਾ ਫੈਸਲਾ ਵੱਡਾ ਮੰਨਿਆ ਸਾਡੇ ਲਈ ਸੰਗਤ ਦਾ ਫੈਸਲਾ ਵੱਡਾ ਹੋਣਾ ਚਾਹੀਦਾ ਜੇ ਕਮੇਟੀ ਬਣਦੀ ਆ ਨਾ ਜੇ ਪ੍ਰਧਾਨ ਬਣਦਾ ਸੰਗਤ ਦਾ ਚੁਣਿਆ ਬਣਦਾ ਜਿਹਨੂੰ ਸੰਗਤ ਪ੍ਰਵਾਨ ਕਰਦੀ ਆ ਉਹਨੂੰ 20-20 ਸਾਲ ਲੰਘ ਜਾਂਦੇ ਨੇ ਭਾਈ ਸੇਵਾ ਕਰਦੇ ਮੈਂ ਬੜੇ ਨਗਰਾਂ ਵਿੱਚ ਜਾਣਾ ਕਹਿਣਗੇ ਬਾਬਾ ਜੀ ਸਾਡੇ ਪ੍ਰਧਾਨ ਜੀ ਬੈਠੇ ਨੇ 20 ਸਾਲ ਹੋ ਗਏ ਅੱਗੋਂ ਪ੍ਰਧਾਨ ਜੀ ਕਹਿਣਗੇ ਬਾਬਾ ਜੀ ਮੈਂ ਕਾਹਦਾ ਪ੍ਰਧਾਨ ਹਾਂ ਮੈਂ ਤੇ ਸੇਵਾਦਾਰ ਹਾਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜਿਹੜਾ ਸੇਵਾਦਾਰ ਬਣ ਕੇ ਰਹਿੰਦਾ ਨੂੰ ਉਹਦਾ ਟੈਗ ਕੋਈ ਹੋ ਨਹੀਂ ਸਕਦਾ ਬਾਕੀ ਜਿਹੜਾ ਮਾਣ ਕਰਦਾ ਫਿਰਦਾ ਵੀ ਮੇਰੇ ਵਰਗਾ ਪ੍ਰਧਾਨ ਨਹੀਂ ਕੋਈ ਮੇਰੇ ਵਰਗਾ ਗ੍ਰੰਥੀ ਨਹੀਂ ਕੋਈ ਮੇਰੇ ਵਰਗਾ ਰਾਗੀ ਢਾਡੀ ਨਹੀਂ ਇੱਥੇ ਮੇਰੇ ਵਰਗਾ ਵੀ ਕਹਿ ਦਿੰਦਾ ਵੀ ਮੇਰੇ ਵਰਗਾ ਬਾਜਾ ਨਹੀਂ ਵਜਾਉਂਦਾ ਕੋਈ ਆਖੋ ਸਤਿਨਾਮ ਨਹੀਂ ਇਹ ਕਿਰਪਾ ਦੇ ਦਾਤੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੰਗਤ ਦਾ ਫੈਸਲਾ ਵੱਡਾ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਗਤ ਦਾ ਫੈਸਲਾ ਮੁੱਖ ਰੱਖਿਆ ਕਹਿੰਦੇ ਚੰਦੂ ਨੂੰ ਸੁਨੇਹਾ ਘੱਲਿਆ ਬਈ ਚੰਦੂਆ ਤੇਰੇ ਮਨ ਵਿੱਚ ਮਾਣ ਆ ਭਾਈ ਆਪਣੇ ਬਰਾਬਰ ਦਾ ਲੱਭ ਲਈ ਅਸੀਂ ਤੇਰੀ ਲੜਕੀ ਦਾ ਨਾਤਾ ਨਹੀਂ ਪ੍ਰਵਾਨ ਕਰਦੇ ਦੀਵਾਨ ਚੰਦੂ ਨੇ ਵਿਦਵਾਨ ਕਹਿੰਦੇ ਨੇ ਚਿੱਠੀ ਲਿਖੀ ਦੋ ਭਾਗਾਂ ਵਿੱਚ ਪਹਿਲੇ ਭਾਗ ਵਿੱਚ ਕੀ ਲਿਖਦਾ ਕਹਿੰਦਾ ਮਹਾਰਾਜ ਮੈਂ ਇੰਨਾ ਕੁਝ ਨਹੀਂ ਗਿਆ ਆ ਦਿੱਲੀ ਦੀਆਂ ਸੰਗਤਾਂ ਨੇ ਵਧਾ ਚੜਾ ਕੇ ਤੁਹਾਨੂੰ ਕਿਹਾ ਮੈਂ ਇੰਨਾ ਕੁਝ ਨਹੀਂ ਗਿਆ ਮੇਰੀ ਲੜਕੀ ਦਾ ਨਾਤਾ ਪ੍ਰਵਾਨ ਕਰ ਲਓ ਮੈਂ ਇੰਨਾ ਕੁਝ ਨਹੀਂ ਕਿਹਾ ਐਵੇਂ ਵਧਾ ਚੜਾ ਕੇ ਕਿਹਾ ਦਿੱਲੀ ਦੀਆਂ ਸੰਗਤਾਂ ਨੇ ਪਹਿਲੇ ਭਾਗ ਵਿੱਚ ਇਹ ਲਿਖਦਾ ਮੈਂ ਕੁਝ ਨਹੀਂ ਗਿਆ ਹੇਠਾਂ ਕੀ ਲਿਖਦਾ ਦੂਜੇ ਭਾਗ ਵਿੱਚ ਕਹਿੰਦਾ ਜੇ ਮੇਰੀ ਲੜਕੀ ਦਾ ਨਾਤਾ ਨਾ ਲਿਆ ਤੁਸੀਂ ਮੈਨੂੰ ਜਾਣਦੇ ਨਹੀਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮੇਰੀ ਸਰਕਾਰੇ ਦੁਆਰੇ ਪਹੁੰਚ ਵੱਡੀ ਆ ਮੇਰੀ ਵੱਡਿਆਂ ਨਾਲ ਬੈਠਣੀ ਉੱਠਣੀ ਆ ਮੇਰੀ ਵੱਡਿਆਂ ਨਾਲ ਜਾਣੀ ਆ ਬੜੇ ਦੁੱਖ ਝੱਲਣੇ ਪੈਣਗੇ ਜੇ ਮੇਰੀ ਲੜਕੀ ਦਾ ਨਾਤਾ ਪ੍ਰਵਾਨ ਨਾ ਕੀਤਾ ਪਹਿਲੇ ਹਿੱਸੇ ਵਿੱਚ ਬੇਨਤੀ ਕਰਦਾ ਦੂਜੇ ਹਿੱਸੇ ਵਿੱਚ ਧਮਕੀ ਦਿੰਦਾ ਜੇ ਮੇਰੀ ਲੜਕੀ ਦਾ ਨਾਤਾ ਨਾ ਲਿਆ ਬੜੇ ਦੁੱਖ ਝੱਲਣੇ ਪੈਣਗੇ ਮਹਾਰਾਜ ਨੇ ਪ੍ਰਵਾਹ ਨਹੀਂ ਕੀਤੀ ਫਿਰ ਉਹਨਾਂ ਨੇ ਆਨੀ ਬਹਾਨੀ ਬੰਦੀ ਬਣਾਇਆ ਫਿਰ ਉਹ ਵੀ ਵੇਲਾ ਆਇਆ ਲਾਹੌਰ ਅੰਦਰ ਤੱਤੀਆਂ ਤਵੀਆਂ ਤੇ ਬਿਠਾਉਣ ਦਾ ਹੁਕਮ ਹੋਇਆ
ਉਹਨਾਂ ਨੇ ਸ਼ਰਤਾਂ ਰੱਖੀਆਂ ਕਹਿੰਦੇ 2 ਲੱਖ ਟੈਕਸ ਭਰ ਦਿਓ ਜਾਨ ਬਖਸ਼ ਦਿਓ ਮਹਾਰਾਜ ਕਹਿੰਦੇ ਭਾਈ ਇਹ ਗਰੀਬਾਂ ਵਾਸਤੇ ਆ ਆ ਜਿਹੜੀ ਮਾਇਆ ਆਉਂਦੀ ਆ ਨਾ ਜਿਹੜੇ ਗੁਰੂ ਕੇ ਲੰਗਰ ਚੱਲਦੇ ਨੇ ਇਹ ਗਰੀਬਾਂ ਦੇ ਭਲੇ ਲਈ ਆ ਇਹ ਸੰਸਾਰ ਦੇ ਭਲੇ ਲਈ ਆ ਟੈਕਸ ਕਾਹਦਾ ਭਰੀਏ ਇਹ ਨਹੀਂ ਪਰਵਾਹ ਦੂਜੀ ਸ਼ਰਤ ਕੀ ਰੱਖੀ ਜਿਹੜਾ ਬਾਣੀ ਦਾ ਜਹਾਜ਼ ਲਿਖਿਆ ਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜਾ ਬਾਣੀ ਦਾ ਜਹਾਜ਼ ਬਣਾਇਆ ਇਹਦੇ ਵਿੱਚ ਮੁਹੰਮਦ ਸਾਹਿਬ ਦੀ ਵਡਿਆਈ ਕਰਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਕਹਿੰਦੇ ਫਕੀਰਾਂ ਦੀ ਬਾਣੀ ਹੈ ਭਾਈ ਇਹਦੇ ਵਿੱਚ ਵਾਧਾ ਘਾਟਾ ਨਹੀਂ ਕੀਤਾ ਜਾ ਸਕਦਾ ਇਹ ਵੀ ਪ੍ਰਵਾਨ ਇਸਲਾਮ ਕਬੂਲ ਕਰ ਲਓ ਮਹਾਰਾਜ ਕਹਿੰਦੇ ਵੀ ਪ੍ਰਵਾਨ ਫਿਰ ਚੰਦੂ ਬੋਲਦਾ ਨੇੜੇ ਖੜਾ ਸੀ ਕਹਿੰਦਾ ਮੇਰੀ ਲੜਕੀ ਦਾ ਨਾਤਾ ਪ੍ਰਵਾਨ ਕਰ ਲਓ ਹੁਣੇ ਜਾਨ ਬਖਸ਼ਾ ਦਿਆਂਗੇ ਆਪੋ ਸਤਨਾਮ ਹੁਣੇ ਬੰਦ ਖਲਾਸੀ ਹੋ ਜਾਏਗੀ ਹੁਣੇ ਛਡਾ ਦਿਆਂਗੇ ਮੇਰੀ ਲੜਕੀ ਦਾ ਨਾਤਾ ਪ੍ਰਵਾਨ ਕਰ ਲਓ ਮਹਾਰਾਜ ਕਹਿੰਦੇ ਹੋਏ ਚੰਦੂਗਾ ਅਸੀਂ ਤੇ ਪ੍ਰਵਾਨ ਕਰ ਲਿਆ ਸੀ ਭਾਈ ਤੇਰਾ ਮਾਣ ਵਿੱਚ ਡਿੱਕਾ ਬਣ ਗਿਆ ਇੱਥੇ ਜਰਾ ਮਾੜੀ ਜੀ ਵਿਚਾਰ ਕਰਿਓ ਮਨ ਨਾਲ ਚੰਦੂ ਨੇ ਕੁੜਮ ਬਣਨਾ ਸੀ ਗੁਰੂ ਅਰਜਨ ਦੇਵ ਮਹਾਰਾਜ ਜੇ ਵਿੱਚ ਮਾਣ ਨਾ ਆਉਂਦਾ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਉਹਨੇ ਸਹੁਰਾ ਬਣ ਜਾਣਾ ਸੀ ਭਾਈ ਗੁਰੂ ਤੇਗ ਬਹਾਦਰ ਮਹਾਰਾਜ ਦਾ ਉਹਨੇ ਨਾਨਾ ਬਣਨਾ ਸੀ ਧੰਨ ਮੇਰੇ ਕਲਗੀਧਰ ਪਿਤਾ ਚਾਰੇ ਸਾਹਿਬਜ਼ਾਦੇ ਕਿੱਥੋਂ ਤੱਕ ਉਹਦੀ ਸਾਂਝ ਪੱਕੀ ਹੋ ਜਾਣੀ ਸੀ ਗੁਰੂ ਨਾਨਕ ਦੇ ਘਰ ਵਿੱਚ ਪਰ ਮਨ ਵਿੱਚ ਮਾਣ ਆ ਗਿਆ ਮਹਾਰਾਜ ਕਹਿੰਦੇ ਅਸੀਂ ਤੇ ਪ੍ਰਮਾਣ ਕਰ ਲਿਆ ਸੀ ਤੇਰੀ ਲੜਕੀ ਦਾ ਨੰਦਾ ਪਰ ਤੇਰਾ ਵਿੱਚ ਮਾਣ ਆ ਗਿਆ ਮਹਾਰਾਜ ਕਹਿੰਦੇ ਮਾਣ ਆ ਨਾ ਜਿਹੜਾ ਮਾਣ ਇਹ ਗੁਰੂ ਨਾਨਕ ਦੇ ਘਰ ਵਿੱਚ ਪਾਉਂਦਾ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਵੇਂ ਬੰਦਿਆ ਤੇਰਾ ਮਾਣ ਨਾ ਗੁਰਾਂ ਨੂੰ ਭਾਵੇਂ ਬੰਦਿਆ ਜੀ ਤੇਰਾ ਮਾਣ ਨਾ ਗੁਰਾਂ ਮਾਨ ਨਾ ਗੁਰਾਨ 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 ਮਾਨ ਨਾ
ਮਾਣ ਨਹੀਂ ਹੁੰਦਾ ਓਏ ਚੰਦੂਆ ਅਸੀਂ ਤੇ ਤੇਰੀ ਲੜਕੀ ਦਾ ਨਾਤਾ ਪ੍ਰਵਾਨ ਕਰ ਲਿਆ ਅਸੀਂ ਤੇਰਾ ਮਾਣ ਵਿੱਚ ਆ ਗਿਆ ਮਹਾਰਾਜ ਕਹਿੰਦੇ ਜਿਹੜਾ ਮਾਣ ਆ ਇਹ ਗੁਰੂ ਨਾਨਕ ਦੇ ਘਰ ਵਿੱਚ ਚੱਲਦਾ ਨਹੀਂ ਠੀਕ ਸਾਡਾ ਮਾਣ ਆਂਡੀਆਂ ਗਵਾਂਡੀਆਂ ਕੋਲ ਚੱਲ ਜਾਂਦਾ ਰਿਸ਼ਤੇਦਾਰੀਆਂ ਵਿੱਚ ਮਾਣ ਚੱਲ ਜਾਂਦਾ ਸਰਕਾਰੀ ਦਰਬਾਰੇ ਫੋਨ ਕੀਤਾ ਚੱਲ ਜਾਂਦਾ ਪਰ ਜੇ ਕਹੀਏ ਵੀ ਸਾਡਾ ਮਾਣ ਗੁਰੂ ਨਾਨਕ ਦੇ ਘਰ ਵਿੱਚ ਚੱਲੇ ਇਹ ਨਹੀਂ ਚੱਲਣਾ ਆਖੋ ਸਤਨਾਮ ਇਹ ਮੈਂ ਨਹੀਂ ਕਹਿੰਦਾ ਮਹਾਰਾਜ ਕਹਿੰਦੇ ਨੇ ਜਿਸਦਾ ਦਿੱਤਾ ਖਾਵਣਾ ਦਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ ਇੱਥੇ ਹੁਕਮ ਨਹੀਂ ਚੱਲਦਾ ਇੱਥੇ ਪ੍ਰੇਮ ਦੀ ਅਰਦਾਸ ਆ ਮਨ ਨੀਵਾ ਕਰਕੇ ਜਿਹੜਾ ਮਰਜ਼ੀ ਕਰ ਲਵੇ ਭਾਈ ਇੱਥੇ ਹੁਕਮ ਨਹੀਂ ਚੱਲਦਾ ਇੱਥੇ ਪ੍ਰੇਮ ਦੀ ਅਰਦਾਸ ਚੱਲਦੀ ਮਹਾਰਾਜ ਕਹਿੰਦੇ ਚੰਦੂਆ ਅਸੀਂ ਤੇ ਨਾਤਾ ਪ੍ਰਵਾਨ ਕਰ ਲਿਆ ਸੀ ਤੇਰਾ ਮਾਣ ਵਿੱਚ ਬਸ ਫਿਰ ਮਹਾਰਾਜ ਕਹਿੰਦੇ ਸੰਗਤ ਦਾ ਫੈਸਲਾ ਸਾਡੇ ਲਈ ਮੁੱਖ ਆ ਭਾਈ ਸੰਗਤ ਦਾ ਫੈਸਲਾ ਸਤ ਕਰਕੇ ਮਿਲਿਆ ਮਹਾਰਾਜ ਕਹਿੰਦੇ ਫਿਰ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ ਅੱਜ ਤੱਕ ਮਨ ਬੈਰਾਗੀ ਕਰਕੇ ਪੜ੍ਹਦੇ ਹਨ ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਮਾਲਕ ਸਾਰੀ ਦੁਨੀਆ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਤੱਤੀ ਤਵੀ ਤੇ ਬੈਠੇ ਨੇ ਜੇਠ ਦਾ ਮਹੀਨਾ ਵੀ ਤੱਤਾ ਲਟਾ ਲਟ ਅੱਗ ਬਲਦੀ ਉਹ ਵੀ ਤੱਤੀ ਹੁੰਦੀ ਹੈ ਤਵੀ ਵੀ ਤੱਤੀ ਰੇਤਾ ਵੀ ਤੱਤਾ ਚੰਦੂ ਦਾ ਸੁਭਾਅ ਵੀ ਤੱਤਾ ਪਰ ਤੱਤੀ ਤਵੀ ਤੇ ਬੈਠੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਈ ਮੀਆਂ ਮੀਰ ਜੀ ਆਏ ਸਾਈ ਮੀਆਂ ਮੀਰ ਜੀ ਆ ਕੇ ਕਹਿੰਦੇ ਮਹਾਰਾਜ ਕਿਹੜਾ ਜਾਪ ਜਪ ਰਹੇ ਹੋ ਆ ਸੁਣਿਓ ਅਸੀਂ ਸੋਹਣੇ ਘਰਾਂ ਵਿੱਚ ਬਹਿ ਕੇ ਵੀ ਨਿਤਨੇਮ ਨਹੀਂ ਕਰਦੇ ਭਾਈ ਸੋਹਣੇ ਬੈਡਾਂ ਤੇ ਬਹਿੰਦੇ ਆ ਪੈਂਦੇ ਆ ਤਾਂ ਵੀ ਨਿਤਨੇਮ ਨਹੀਂ ਹੁੰਦਾ ਛੱਤੀ ਪ੍ਰਕਾਰ ਦੇ ਭੋਜਨ ਛਕ ਲੈਂਦੇ ਆ ਤਾਂ ਵੀ ਰੱਬ ਯਾਦ ਨਹੀਂ ਆਖੋ ਸਭ ਨਾਲ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਤੱਤੀ ਤਵੀ ਤੇ ਚੌਂਕੜਾ ਮਾਰੀ ਬੈਠੇ ਨੇ ਸਾਈ ਮੀਆਂ ਮੀਰ ਜੀ ਆਏ ਕੀ ਕਹਿੰਦੇ ਤੱਤੀ ਤਵੀ ਉੱਤੇ ਬਹਿ ਕੇ ਹੈ ਮਹਾਰਾਜ ਤੱਤੀ ਤਵੀ ਤੇ ਬੈਠੇ ਹੋ ਚੌਂਕੜਾ ਮਾਰ ਕੇ ਤਾਂ ਵੀ ਸਮਾਧੀ ਲੱਗ ਗਈ ਆਖੋ ਸਦਨਾ ਕਿਸ ਦਾ ਜਾਪ ਕਰਦੇ ਹੋ ਤੱਤੀ ਤਵੀ ਉੱਤੇ ਬਹਿ ਕੇ ਕਿਸ ਦਾ ਜਾਪ ਕਰਦੇ ਹੋ ਆਪ ਜਰਦੇ ਹੋ
ਆਪਣੇ ਪਿਆਰਿਆਂ ਨੂੰ ਰਮਜਾਨ ਨਾਲ ਸਮਝਾ ਰਹੇ ਹਾਂ ਵੀ ਵੱਡੇ ਤੋਂ ਵੱਡਾ ਦੁੱਖ ਪੈ ਜੇ ਮਾਲਕ ਦਾ ਭਾਣਾ ਮਿੱਠਾ ਕਰਕੇ ਮੰਨਿਓ ਆਖੋ ਸਤਨਾਮ ਸ੍ਰੀ ਵਾਹਿ ਰਮਜਾ ਸਿੱਖਾਂ ਨੂੰ ਸਮਝਾਵੋ ਕਰਨੀ ਆਪ ਕਰਦੇ ਹੋ ਮਹਾਰਾਜ ਤੱਤੀ ਤਵੀ ਉੱਤੇ ਬਹਿ ਕੇ ਕਿਸ ਦਾ ਜਾਪ ਕਰਦੇ ਜਦੋਂ ਮਹਾਰਾਜ ਨੇ ਥੋੜਾ ਉੱਚੀ ਜਾਪ ਕੀਤਾ ਨਾ ਸਾਈ ਮੀਆਂ ਮੀਰ ਨੂੰ ਗਿਆਨ ਹੋ ਗਿਆ ਮਹਾਰਾਜ ਜਪਜੀ ਸਾਹਿਬ ਦਾ ਜਾਪ ਕਰਦੇ ਨੇ ਆਖੋ ਸਤਨਾਮ ਸ੍ਰੀ ਵਾਹਿ ਤੱਤੀ ਤਵੀ ਤੇ ਸਮਾਧੀ ਲਾਈ ਬੈਠੇ ਨੇ ਤਾਂ ਵੀ ਜਪਜੀ ਸਾਹਿਬ ਦਾ ਜਾਪ ਹੁੰਦਾ ਹੈਰਾਨ ਹੋ ਗਿਆ ਸਾਈ ਮੀਆਂ ਮੀਰ ਜੀ ਮਹਾਰਾਜ ਇਹ ਕੀ ਖੇਡ ਮਹਾਰਾਜ ਕਹਿੰਦੇ ਸਾਈ ਮੀਆਂ ਮੀਰ ਜੀ ਇਹ ਮਾਲਕ ਦਾ ਹੁਕਮ ਆ ਇਹ ਮਾਲਕ ਦਾ ਭਾਣਾ ਆਪਾਂ ਪੜ੍ਹਦੇ ਹਾਂ ਨਾ ਆਪੇ ਹਰੇਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਸੁੱਖ ਦੁੱਖ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਏ ਐ ਮੇਰੇ ਮਾਲਕਾ ਭਾਵੇਂ ਸੁੱਖ ਆਵੇ ਭਾਵੇਂ ਦੁੱਖ ਆਵੇ ਮੈਂ ਤੇਰੀ ਆਗਿਆ ਸਤ ਕਰਕੇ ਮੰਨਾ ਮੈਂ ਤੇਰਾ ਭਾਣਾ ਮਿੱਠਾ ਕਰਕੇ ਮੰਨਾ ਹਰ ਕਾ ਨਾਮ ਰਹਿੰਦਾ ਹੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਤੇਰਾ ਕੀਆ ਮਿੱਠਾ ਲੱਗਾ ਤੱਤੀ ਤਵੀ ਤੇ ਬਹਿ ਕੇ ਵੀ ਮਹਾਰਾਜ ਕਹਿੰਦੇ ਨੇ ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਨੇ ਕਹਿੰਦੇ ਚੰਦੂ ਦੀ ਨੂੰਹ ਰਾਣੀ ਵੀ ਆਈ ਮਹਾਰਾਜ ਮੇਰਾ ਸਹੁਰਾ ਪਰਿਵਾਰ ਜ਼ਾਲਮ ਨੇ ਇਹ ਨਰਕਾਂ ਦੇ ਭਾਗੀ ਬਣਨਗੇ ਮਹਾਰਾਜ ਮੈਂ ਵੀ ਇਹਨਾਂ ਦੇ ਘਰ ਵਿੱਚ ਰਹਿੰਦੀ ਹਾਂ ਅੰਨ ਪਾਣੀ ਖਾਂਦੀ ਹਾਂ ਮਹਾਰਾਜ ਮੈਂ ਵੀ ਨਰਕਾਂ ਵਿੱਚ ਜਾਵਾਂਗੀ ਮਹਾਰਾਜ ਕਹਿੰਦੇ ਨਹੀਂ ਧੀਏ ਤੇਰੇ ਮਨ ਵਿੱਚ ਗੁਰੂ ਨਾਨਕ ਦੇ ਘਰ ਦਾ ਪਿਆਰ ਤੇਰੇ ਮਨ ਵਿੱਚ ਗੁਰੂ ਨਾਨਕ ਦੇ ਘਰ ਦਾ ਪ੍ਰੇਮ ਆ ਜਿਹੜਾ ਗੁਰੂ ਨਾਨਕ ਦੇ ਘਰ ਦਾ ਪ੍ਰੇਮ ਕਮਾਵੇ ਉਹ ਨਰਕਾਂ ਦਾ ਭਾਗੀ ਉਹ ਸੱਚਖੰਡ ਜਾਂਦਾ ਆਖੋ ਸਤਨਾਮ ਸ੍ਰੀ ਵਾਹਿ ਚੰਦੂ ਦੀ ਨੂੰਹ ਰਾਣੀ ਨੂੰ ਵਰ ਦਿੱਤਾ ਤਾਂ ਵੀ ਭਲਾ ਮਨਾਇਆ ਤੱਤੀਆਂ ਤਵੀਆਂ ਤੇ ਬਹਿ ਗਏ ਮੈਂ ਪਿਆਰ ਵਿੱਚ ਆ ਧਾਰਨਾ ਗਾਈ ਸੀ ਆ ਦਿਨ ਤੱਤੀਆਂ ਤਵੀਆਂ ਦੇ ਦਿਨ ਤੱਤੀਆਂ ਤਵੀਆਂ ਦੇ ਜਿਹੜੇ ਨਗਰ ਵਿੱਚੋਂ ਲੰਘੋਗੇ ਨਾ ਸੁਖਮਨੀ ਸਾਹਿਬ ਦੇ ਪਾਠ ਦੀ ਆਵਾਜ਼ ਆਉਂਦੀ ਭਾਵੇਂ ਬੀਬੀਆਂ ਰਲ ਕੇ ਕਰਨ ਭਾਵੇਂ ਸੰਗਤ ਭਾਵੇਂ ਭਾਈ ਕਰਨ ਭਾਈ ਪ੍ਰੇਮ ਵਾਲੇ ਕਹਿੰਦੇ ਨੇ ਤੱਤੀਆਂ ਤਵੀਆਂ ਦੇ ਦਿਨ ਨੇ ਆਪਣੇ ਪਿੰਡਾਂ ਦੀ ਬੋਲੀ ਆ ਸ਼ਹੀਦੀ ਦਿਹਾੜਾ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰੇਮ ਵਾਲੇ ਚੌਂਕੜੇ ਮਾਰ ਕੇ ਬਹਿੰਦੇ ਨੇ ਅੱਛਾ ਜੀ ਕਈ ਕਹਿਣਗੇ ਗਰਮੀ ਲੱਗਦੀ ਹੈ ਕਈ ਕਹਿਣਗੇ ਬਾਬਾ ਜੀ ਸਹਿਜ ਪਾਠ ਮਹੀਨਾ ਠਹਿਰ ਕੇ ਕਰ ਲਾਂਗੇ ਮੈਂ ਬੜਿਆਂ ਨੂੰ ਕਹਿੰਦਾ ਓਏ ਮਹਾਰਾਜ ਤੱਤੀ ਤਵੀ ਤੇ ਬਹਿ ਗਏ ਤੁਸੀਂ ਉਹਨਾਂ ਦੀ ਯਾਦ ਵਿੱਚ ਸਹਿਜ ਪਾਠ ਵੀ ਨਹੀਂ ਕਰ ਸਕਦੇ ਆਪਾਂ ਉਹਨਾਂ ਦੀ ਯਾਦ ਵਿੱਚ ਸੁਖਮਨੀ ਸਾਹਿਬ ਦਾ ਜਾਪ ਵੀ ਨਹੀਂ ਕਰ ਸਕਦੇ ਭਾਈ ਮਹਾਰਾਜ ਤੱਤੀਆਂ ਤਵੀਆਂ ਤੇ ਬਹਿ ਗਏ ਪ੍ਰੇਮ ਹੋਣਾ ਚਾਹੀਦਾ ਆ ਜੋ ਸੰਗ ਤੇ ਸਿਮਰਨ ਕਰੀਏ ਦਿਨ ਤੱਤੀਆਂ ਤਵੀਆਂ ਦੇ ਆ ਜੋ ਸੰਗ ਤੇ ਸਿਮਰਨ ਕਰੀਏ ਦਿਨ ਤੱਤੀਆਂ ਤਵੀਆਂ ਦੇ ਆ
ਦੇਗ ਵਿੱਚ ਵਾਲਿਆ ਛਾਲੇ ਛਾਲੇ ਸਰੀਰ ਹੋ ਗਿਆ ਗੁਰੂ ਅਰਜਨ ਦੇਵ ਮਹਾਰਾਜ ਦਾ। ਫਿਰ ਉਹ ਜ਼ਾਲਮ ਕਹਿੰਦੇ ਨੇ ਕਹਿੰਦੇ ਗਊ ਦਾ ਚੰਮ ਲਾ ਕੇ ਇਹਨਾਂ ਦੇ ਸਰੀਰ ਤੇ ਲਪੇਟ ਦਿਆਂਗੇ, ਧੁੱਪੇ ਬਿਠਾਵਾਂਗੇ, ਜਿਵੇਂ ਜਿਵੇਂ ਧੁੱਪ ਲੱਗੇਗੀ ਨਾ ਚਮੜਾ ਸੁੰਗੜੇਗਾ, ਛਾਲੇ ਫੁੱਟ ਜਾਣਗੇ, ਬਹੁਤਾ ਦੁੱਖ ਹੋਏਗਾ, ਘੁੱਟੇ ਜਾਣਗੇ ਵਿੱਚ। ਮਹਾਰਾਜ ਕੀ ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ, ਭਾਈ ਅਸੀਂ ਰਾਵੀ ਵਿੱਚ ਇਸ਼ਨਾਨ ਕਰਨਾ, ਆਖੋ ਸਤਨਾਮ ਸ੍ਰੀ ਵਾਹ, ਤਾਂ ਵੀ ਇਸ਼ਨਾਨ ਦਾ ਚੇਤਾ ਛਾਲੇ ਛਾਲੇ ਸਰੀਰ ਹੋਇਆ ਪਿਆ, ਤਾਂ ਵੀ ਅੰਮ੍ਰਿਤ ਵੇਲੇ ਦਾ ਗਿਆਨ ਨਹੀਂ ਭੁੱਲੇ ਮਹਾਰਾਜ। ਇਹ ਸਾਡੇ ਲਈ ਚਾਨਣਾ, ਇਹ ਸਾਡੇ ਲਈ ਗਿਆਨ ਆ। ਮਹਾਰਾਜ ਕਹਿੰਦੇ ਅਸੀਂ ਰਾਵੀ ਵਿੱਚ ਇਸ਼ਨਾਨ ਕਰਨਾ, ਉਹ ਜ਼ਾਲਮ ਕਹਿੰਦੇ ਨੇ ਸਾਡੇ ਮਨ ਦੀਆਂ ਹੋ ਗਈਆਂ, ਠੰਡਾ ਠੰਡਾ ਪਾਣੀ ਆ, ਜਿਵੇਂ ਜਿਵੇਂ ਛਾਲਿਆਂ ਤੇ ਠੰਡਾ ਪਾਣੀ ਲੱਗੇਗਾ ਨਾ ਬਹੁਤਾ ਦੁੱਖ ਚੱਲਣਗੇ। ਆਖੋ ਸਤਿਨਾਮ ਸ੍ਰੀ ਵਾਹ। ਉਹਨਾਂ ਨੇ ਮਿੰਟ ਵੀ ਨਹੀਂ ਲਾਇਆ ਆਗਿਆ ਦੇਣ, ਆਗਿਆ ਦੇ ਦਿੱਤੀ। ਫਿਰ ਭਾਈ ਵਿਧੀਏ ਵਰਗੇ ਪ੍ਰੇਮ ਵਾਲੇ ਮੋਢਾ ਦੇ ਕੇ ਲੈ ਕੇ ਗਏ, ਭਾਈ ਗੁਰਦਾਸ ਜੀ ਹੋਰੀ ਪਿਆਰ ਵਾਲੇ ਮੋਢੇ ਦਾ ਸਹਾਰਾ ਦੇ ਕੇ ਜਦੋਂ ਰਾਵੀ ਦੇ ਕੰਢੇ ਲੈ ਕੇ ਗਏ। ਮਹਾਰਾਜ ਰਾਵੀ ਵਿੱਚ ਗਏ, ਇਸ਼ਨਾਨ ਕਰਦੇ ਨੇ, ਸਾਈਂ ਮੀਆਂ ਮੀਰ ਜੀ ਤੋਂ ਵੇਖਿਆ ਨਹੀਂ ਗਿਆ, ਜਿਹਦੇ ਨਾਲ ਤੁਹਾਡੇ ਮਨ ਦਾ ਪ੍ਰੇਮ ਹੋਵੇ ਨਾ ਉਹਨੂੰ ਦੁਖੀ ਨਹੀਂ ਦੇਖ ਸਕਦੇ ਤੁਸੀਂ। ਸਾਈਂ ਮੀਆਂ ਮੀਰ ਜੀ ਤੋਂ ਵੇਖਿਆ ਨਾ ਗਿਆ, ਠੰਡਾ ਠੰਡਾ ਪਾਣੀ ਆ, ਓਏ ਰਾਵੀ ਦੀਆਂ ਪਾਣੀਆਂ ਠੋਕਰਾਂ ਨਾ ਮਾਰੀ। ਆਖੋ ਸਤਨਾਮ ਸ੍ਰੀ ਵਾਹ। ਠੋਕਰਾਂ ਨਾ ਮਾਰੇ ਹੋਏ, ਓਏ ਰਾਵੀ ਦੀਆਂ ਪਾਣੀਆਂ ਸੱਚੀ ਸਰਕਾਰ ਆਈ ਆ। ਹੌਲੀ 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 ਚੱਲ ਰਾਵੀ ਦੀਆਂ ਪਾਣੀਆਂ ਤੂੰ ਠੋਕਰਾਂ ਨਾ ਮਾਰੇ ਹੋਏ, ਰਾਮ ਦੇ ਪਾਣੀ ਆ ਤੂੰ ਰੁਕਣਾ ਨਾ ਮਾਰੇ,
تیری گود وچ آئی سچی سرکار ہوئے چھالے چھالے شریر ہویا پیا ماہی دے شریر تے چھالے بے شمار نے راوی دے پانیاں تو ٹھوکرانا مار مارا راوی دے وچ جدوں گوتا لایا پانا برتا گئے مہاراج سچ کھنڈ چلے گئے جوتی جوتی سما گئے سائیں میاں میر جی ورگے تا ہمار دی رہ گئے مالی آوے باغ سننا چھڈ کے نہیں گئے پریم والے اج تک اڈیک دے نے بابا گجن شاہ جی مہاراج اج انہاں دی سلانا مٹھی یاد منا رہے ہیں نا اج تک پریم والے ترس دے نے انہاں دے درشن ہو جان من بیرنگی کر کے پڑھیو پیار نال تارنا مالی آوے باغ سننا جیڑا باغ آ نا مالی نال سوندا ہوندا جیڑے باغ دا مالی تر جے ویران ہو جاندا اجاڑ ہو جاندا مالی آوے باغ سننا چھڈ کے نہیں جائی مالی آوے باغ سننا چھڈ کے نہیں جائی دا مالی آوے اپنے پیاریاں نو مہاراج اینا نہیں روائی دا سائیں میاں میر جی ورگے تاہا مار دی رہ گئے آؤ بیراغ دیاں کڑیاں نے تن تن بابا گجن شاہ جی مہاراج انہاں دی سلانہ مٹھی یاد شردا پالنا نال منا رہے ہوں مالک دا پانا مٹھا کر کے مننا اے ساریاں نو بڑا پریم اے ساریاں نو بڑی بھگتی آ میرے رام جو رکھے تو نہیں ہے دودھ پاوے تا نام جپاوے سکھ تیرا دیتا لئیے آؤ گرمکھ تیرا پانا پاوے
ਗੁਰਮੁਖ ਤੇਰਾ ਭਾਣਾ ਮੰਨੇ ਭਾਣਾ ਮੰਨੇ ਸੋ ਸੁਖ ਪਾਏ ਜਿਹੜਾ ਭਾਣਾ ਮਿੱਠਾ ਕਰਕੇ ਮੰਨਦਾ ਉਹ ਮੰਨ ਕਰਕੇ ਆਨੰਦ ਵਿੱਚ ਰਹਿੰਦਾ ਸੋ ਸਤਨਾਮ ਸ੍ਰੀ ਵਾਹ ਆਓ ਸਾਰੇ ਆਨੰਦ ਜਨਾਂ ਦਾ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਾਂ ਬੜੀ ਭਾਗਾਂ ਵਾਲੀ ਧਰਤੀ ਹੈ ਮਹਾਨ ਧਰਤੀ ਹੈ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ ਇਹ ਕਈ ਸਾਲਾਂ ਦਾ ਪਿਆਰ ਆ ਮੈਂ ਦੱਸ ਰਿਹਾ ਸੀ ਪ੍ਰਬੰਧਕਾਂ ਨੂੰ ਵੀ ਮੈਂ 92-93 ਵਿੱਚ ਕਿਸੇ ਯਾਰ ਬੇਲੀ ਨਾਲ ਆਇਆ ਸੀ ਮੇਲੇ ਤੇ ਮੈਂ ਮਿੱਠੇ ਸ਼ਬਦ ਸੁਣੇ ਮੈਨੂੰ ਬੜਾ ਆਨੰਦ ਆਇਆ ਇੱਥੇ ਆਡੀਓ ਕੈਸਟ ਚੱਲਦੀ ਸੀ ਮੈਂ ਕਿਹਾ ਮਿਲ ਜਾਏਗੀ ਅੱਜ ਕਹਿੰਦੇ ਬਾਬਾ ਜੀ ਪਤਾ ਹੀ ਨਹੀਂ ਪਰ ਬੜੇ ਮਿੱਠੇ ਉਹ ਰਾਗੀ ਸਿੰਘਾਂ ਦੀ ਇੱਥੇ ਕੈਸਟ ਚੱਲਦੀ ਸੀ ਬੜਾ ਆਨੰਦ ਆ ਰਿਹਾ ਸੀ ਜਿਸ ਕਾਰਨ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰ ਇਹ ਗੁਰਬਾਣੀ ਦਾ ਇੱਥੇ ਰਾਗ ਚੱਲਦਾ ਸੀ ਆਓ ਸਾਡਾ ਆਉਣਾ ਬਹਿਣਾ ਪ੍ਰਵਾਨ ਹੋਵੇ ਮਾਲਕ ਦੇ ਚਰਨਾਂ ਵਿੱਚ ਸਾਰੇ ਆਖਰੀ ਧਾਰਨਾ ਗੱਜ ਕੇ ਪੜਿਓ ਫਿਰ ਆਨੰਦ ਸਾਹਿਬ ਦੀ ਬਾਣੀ ਪੜ੍ਹੀਏ ਮੁੱਖ ਦੁਨੀਆ ਮੋੜ ਲਵੇ ਐ ਮਾਲਕਾ ਤੇਰੀ ਕਿਰਪਾ ਮਿਲੇ ਜਗ ਦੀ ਪ੍ਰਵਾਹ ਨੀ ਸਾਈਆ ਤੂੰ ਮੁਖੜਾ ਨਾ ਮੋੜੀ ਮੁੱਖ ਦੁਨੀਆ ਮੋੜ ਲਵੇ ਸਾਈਆ ਤੂੰ ਮੁਖੜਾ ਨਾ ਮੋੜੀ ਦੁਨੀਆ ਮੋੜ ਲਵੇ ਸਾਰੇ ਕਿਰਪਾ ਕਰਿਓ ਸਾਡਾ ਸਾਰਿਆਂ ਦਾ ਆਉਣਾ ਬਹਿਣਾ ਪ੍ਰਵਾਨ ਹੋਵੇ ਸਾਡੀ ਹਾਜ਼ਰੀ ਦਰਗਾਹ ਤੱਕ ਲੱਗੇ ਜਿੱਥੇ ਸਾਰੀ ਸੰਗਤ ਦਾ ਧੰਨਵਾਦ ਕਰਾਂ ਸਾਰੇ ਸੇਵਾਦਾਰਾਂ ਦਾ ਇੱਥੋਂ ਦੇ ਮੁੱਖ ਪ੍ਰਬੰਧਕਾਂ ਦਾ ਸਾਰੀ ਕਮੇਟੀ ਦਾ ਧੰਨਵਾਦ ਕਰਾਂ ਗੁਰੂ ਕੇ ਵਜ਼ੀਰਾਂ ਦਾ ਸਾਊਂਡ ਵਾਲੇ ਵੀਰਾਂ ਦਾ ਵੀਡੀਓ ਵਾਲੇ ਵੀਰਾਂ ਦਾ
ਧੰਨਵਾਦ ਕਰਾਂ ਸਤਿਗੁਰੂ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੋਈਆਂ ਤਮਾਮ ਭੁੱਲਾਂ ਦੀ ਖਿਮਾ ਆਨੰਦ ਸਾਹਿਬ ਦੀ ਬਾਣੀ ਵਿੱਚ ਸਾਰੇ ਕਿਰਪਾ ਕਰਿਓ ਕੋਈ ਵੀ ਰਸਨਾ ਬਾਂਝੀ ਨਾ ਰਵੇ ਜਿਹੜੇ ਹੁਣ ਤੱਕ ਨਹੀਂ ਬੋਲੇ ਸਾਰੇ ਕਿਰਪਾ ਕਰਿਓ ਭਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰ ਪ੍ਰਸ਼ਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਨੇ ਸਤਨਾਮ
شری واہِ گرو صاحب جیو کبیر سیوا کو دوئے پلے ایک سانت ایک رام رام جو داتا مکت کو سنت جپاوے نام سنت سرن جو جن پرے سو جن اترن ہار سنت کی نندا نانک باہر باہر اوتار سو کہو ٹل گر سیوی اہنس سہج سپا درشن پرسے گرو گے جنم مرن دکھ سمدی نور عرص ہو گرس ہو تد ڈٹھے سچے پادشاہ مل جنم جنم دی سجن سچا پادشاہ سر سہاندے سا جس پاس بیٹھے آسو ہی ہے سب نادا جس پاس بیٹھے آسو ہی ہے سب نادا ویسا واہِ گرو صاحب جی تناسری محلہ پنجوا دین درد نبار ٹھاکر رکھے جن کی آپ ترن تارن ہر ند دوک نہ سکے بیاب دین درد نوار ٹھاکر رکھے جن کی آب ترن تارن ہر ند دوک نہ سکے بیاب سادو سنگ پجھو گوپال آن سنجم کشنا سجے اہ جتن کاٹ کل کال رہا آد انت دیال پورن تس بنا نہیں کوئے جنم مرن نوار ہر جپ سمر سوامی سوئے بید سمرت کتھے ساست پاگت کرہے بیچار مکت پائیے ساد سنگت بینس جائے اندار چرن کمل ادھار جن کا راس پونجی ایک تان مان دیوان سچا نانک کی پربٹیک چرن کمل ادھار جن کا راس پونجی ایک تان مان دیوان سچا نانک کی پربٹیک واہِ گرو جی کا خالصہ واہِ گرو جی کی فتحِ